ਗੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 11 ਤੇ ਅਧ ਟੱਪ ਕੇ 4 ਨੰਬਰ ਲਿਖਿਆ ਹੋਇਆ ਹੈ ਅੰਗ ਨੰਬਰ 11 ਅਧ ਟੱਪ ਕੇ 4 ਨੰਬਰ ਲਿਖਿਆ ਹੋਇਆ ਹੈ ਉਸ ਤੋਂ ਅੱਗੇ ਕਥਾ ਸ਼ੁਰੂ ਹੋਣੀ ਹੈ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤਦ ਆਪੇ ਸ੍ਰਿਸ਼ਟ ਇਸ ਸ੍ਰਿਸ਼ਟ ਪੜਨ ਦੂਜੇ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜਨੇ ਸਪੈਲਿੰਗ ਹਿੰਦੀ ਵਾਲੇ ਨੇ ਹਿੰਦੀ 'ਚ ਇਸਨੂੰ ਬੋਲਦੇ ਨੇ ਸ੍ਰਿਸ਼ਟੀ ਹਿੰਦੀ 'ਚ ਇਸਨੂੰ ਬੋਲਦੇ ਨੇ ਸ੍ਰਿਸ਼ਟੀ ਪਰ ਗੁਰਬਾਣੀ ਦੇ ਨਿਯਮ ਅਨੁਸਾਰ ਫਿਰ ਅਖੀਰਲੀ ਸਿਹਾਰੀ ਨਹੀਂ ਬੋਲਦੀ ਇਸ ਲਈ ਸ੍ਰਿਸ਼ਟ ਤੁਹ ਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਰਤੇ ਕੇ ਜੀ ਜੋ ਸਭ ਸਹਿ ਕਾਰਜ ਜਾਣੋਈ ਤੂੰ ਆਦ ਪੁਰਖ ਆਦ ਪੁਰਖ ਸਭ ਤੋਂ ਪਹਿਲਾ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਸੀ ਇਸ ਲੋ ਆਦਪੁਰਖ ਹੈ ਅਪਰੰਪਰ ਹੁੰਦਾ ਜਿਹੜਾ ਪਰੇ ਤੋਂ ਪਰੇ ਹੋਵੇ ਜਿਸ ਦਾ ਕੋਈ ਹੱਦ ਬਣਾ ਨਾ ਹੋਵੇ ਤੂੰ ਆਦਪੁਰਖ ਪਰੰਪਰ ਕਰਤਾ ਜੀ ਹੇ ਪਰਮਾਤਮਾ ਤੂੰ ਆਦਪੁਰਖ ਹੈਂ ਤੂੰ ਪਰੇ ਤੋਂ ਪਰੇ ਹੈਂ ਤੂੰ ਕਰਤਾ ਹੈ ਸਾਰਿਆਂ ਨੂੰ ਰਚਨ ਵਾਲਾ ਹੈ ਬਣਾਉਣ ਵਾਲਾ ਹੈ ਤੂੰ ਤੇ ਜੇਵੜ ਅਵਰ ਨਾ ਕੋਈ ਤੇਰੇ ਜਿੱਡਾ ਹੋਰ ਕੋਈ ਨਹੀਂ ਹੈ ਪ੍ਰਮਾਤਮਾ ਜਿੱਡਾ ਹੋਰ ਕੋਈ ਵੀ ਨਹੀਂ ਹੈ اے ਪ੍ਰਮਾਤਮਾ ਤੂੰ ਆਦਿ ਪੁਰਖ ਹੈ ਸਭ ਤੋਂ ਪਹਿਲਾ ਪੁਰਖ ਹੈ ਤੂੰ ਅਪਰੰਪਰ ਤੂੰ ਪਰੇ ਤੋਂ ਪਰੇ ਹੈਂ ਭਾਵ ਤੂ ਬੇਅੰਤ ਹੈ ਤੂੰ ਕਰਤਾ ਹੈ ਸ੍ਰਿਸ਼ਟੀ ਦਾ ਰਚਨਹਾਰ ਹੈ ਤੁਦ ਜੇਵੜ ਅਵਰ ਨ ਕੋਈ ਤੇਰੇ ਜਿੱਡਾ ਹੋਰ ਕੋਈ ਹੈ ਹੀ ਨਹੀਂ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਹੈ ਪ੍ਰਮਾਤਮਾ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਹਰ ਯੁਗ ਦੇ ਵਿੱਚ ਤੂੰ ਹੀ ਹੈ ਏਕੋ ਇੱਕ ਤੂੰ ਹੈ ਜਿਹੜਾ ਹਰ ਯੁਗ ਦੇ ਉੱਤੇ ਰਹਿਣ ਵਾਲਾ ਬਾਕੀ ਤੇ ਸੰਸਾਰ ਤੇ ਆਏ ਸਮਾਪਤ ਕੇ ਚਲੇ ਜੇ ਹਰ ਯੁਗ ਦੇ ਵਿੱਚ ਜੇ ਏਕੋ ਇੱਕ ਹੈ ਤਿਹੇ ਪਰਮਾਤਮਾ ਤੂੰ ਹੈ ਤੂੰ ਨਹਿ ਚਲ ਕਰਤਾ ਸੋਈ ਨਹਿ ਚਲਦਾ ਅਚਲ ਜੋ ਚਲਾਈ ਮਾਨ ਨਾ ਹੋਵੇ ਜੋ ਅਟਲ ਹੋਵੇ ਜੋ ਅਹਿਲ ਹੋਵੇ ਤੂੰ ਨਿਹਚਲ ਕਰਤਾ ਸੋਈ اے ਪ੍ਰਮਾਤਮਾ ਤੂੰ ਕਰਤਾ ਹੈ ਤੇ ਤੂੰ ਸਦਾ ਰਹਿਣ ਵਾਲਾ ਹੈ ਹਰ ਯੁਗ ਦੇ ਵਿੱਚ ਹੈ ਤੂੰ ਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਹਾਡਾ ਪੇਪਰ ਵਾ ਜੋ ਤੈਨੂੰ ਚੰਗਾ ਲੱਗਦਾ ਹੈ ਸੋਈ ਵਰਤੈ ਜੀ ਉਹੀ ਹੁੰਦਾ ਹੈ ਉਹੀ ਹੁੰਦਾ ਹੁਣ ਆ ਕਿਸਾਨਾਂ ਦਾ ਤੇ ਸਰਕਾਰ ਦਾ ਚੱਲ ਰਿਹਾ ਹੈ ਹੋਣਾ ਤੇ ਉਹੀ ਹੈ ਜੋ ਪ੍ਰਮਾਤਮਾ ਨੇ ਕਰਨਾ ਹੈ ਜ਼ੋਰ ਆਪਣਾ ਦੋਨੋਂ ਲਾ ਰਹੇ ਨੇ ਦੇਖੋ ਪ੍ਰਮਾਤਮਾ ਕੀ ਕਰਦਾ ਹੈ ਤੂੰ ਜੇ ਆਪੇ ਭਾਵੈ ਸੋਈ ਵਰਤੈ ਜੀ ਜੋ ਤੈਨੂੰ ਚੰਗਾ ਲੱਗਦਾ ਓਹੀ ਹੁੰਦਾ ਤੂੰ ਆਪੇ ਕਰੈ ਸੋਈ ਤੂੰ ਆਪ ਜੋ ਕਰਦਾ ਹੈ ਓਹੀ ਹੁੰਦਾ ਹੈ ਹੁੰਦਾ ਤੇ ਓਹੀ ਹੈ ਜੋ ਪ੍ਰਮਾਤਮਾ ਕਰਦਾ ਕਿਉਂਕਿ ਜੋ ਕੁਝ ਹੋ ਰਿਹਾ ਓਦੇ ਹੁਕਮ ਚ ਹੋ ਰਿਹਾ ਹੈ ਇਸ ਲਈ ਤੂੰ ਉਹ ਜੋ ਕਰਦਾ ਓਹੀ ਹੁੰਦਾ ਹੈ ਤੁਹਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਸ੍ਰਿਸ਼ਟ ਦੂਜੇ ਸੱਸੇ 'ਚ ਪੈਰ ਬਿੰਦੀ ਲਾਣੀ ਤੂੰਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਉਪਾਈ ਬਨੇ ਪੈਦਾ ਕੀਤੀ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸ੍ਰਿਸ਼ਟ ਸ੍ਰਿਸ਼ਟੀ ਇਸਤਰੀ ਲਿੰਗ ਹੈ ਇਸ ਲਈ ਅੱਗੇ ਸਭ ਉਹ ਵੀ ਇਸਤਰੀ ਲਿੰਗ ਹੈ ਜੇ ਸੱਸਾ ਭੱਬੇ ਨੂੰ ਔਕੜ ਹੁੰਦਾ ਤਾਂ ਫਿਰ ਸਭ ਜਿਹੜਾ ਸੀ ਪਲਿੰਗ ਹੋ ਜਾਣਾ ਸੀ ਹੁਣ ਕਿਉਂਕਿ ਸ੍ਰਿਸ਼ਟੀ ਹੈ ਇਸ ਲਈ ਅੱਗੇ ਵੀ ਦਿਨਾ ਸਭ ਹੈ ਇਸਤ੍ਰੀ ਲਿੰਗਾ ਹੈ ਤੁਦ ਆਪੇ ਸ੍ਰਿਟ ਸਭ ਉਪਾਈ ਜੀ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੁਦ ਆਪੇ ਸਿਰਜ ਸਭ ਗੋਈ ਤੇ ਤੂੰ ਆਪ ਹੀ ਸਿਰਜਣਾ ਕਰਕੇ ਫਿਰ ਉਸ ਨੂੰ ਨਾਸ ਕਰਨ ਵਾਲਾ ਗੋਈ ਮੈਨੂੰ ਨਾਸ ਕਰਨਾ ਤੂੰ ਆਪ ਹੀ ਸ੍ਰਿਸ਼ਟੀ ਬਣਾਉਂਦਾ ਹੈ ਆਪ ਹੀ ਉਸ ਨੂੰ ਨਾਸ ਕਰਦਾ ਹੈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਉਹ ਪਰਮਾਤਮਾ ਜਿਹੜਾ ਹਰ ਇੱਕ ਨੂੰ ਜਾਣਦਾ ਹੈ ਜਿਵੇਂ ਤੁਹਾਡੇ ਬੱਚੇ ਨੇ ਤੁਸੀਂ ਸਾਨੂੰ ਜਾਣਦੇ ਹੋ ਤੁਸੀਂ ਪਤਾ ਕੀਤੇ ਨੇ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਇਸ ਲਈ ਪਰਮਾਤਮਾ ਸਾਨੂੰ ਸਾਰਿਆਂ ਨੂੰ ਜਾਣਦਾ ਹੈ ਪਰਮਾਤਮਾ ਸਾਨੂੰ ਸਾਰਿਆਂ ਨੂੰ ਜਾਣਦਾ ਹੈ ਕਿਉਂਕਿ ਉਸ ਨੇ ਸਾਨੂੰ ਬਣਾਇਆ ਹੈ ਜਿਹੜਾ ਵੀ ਕੋਈ ਚੀਜ਼ ਬਣਾਉਂਦਾ ਹੈ ਉਹ ਉਸ ਨੂੰ ਜਾਣਦਾ ਹੈ ਜਿਸ ਨੂੰ ਬਣਾਇਆ ਹੋਇਆ ਉਸ ਨੇ ਇਸ ਲਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਕਹੇ ਦਾਸ ਨਾਨਕ ਪਰਮਾਤਮਾ ਦੇ ਗੁਣ ਗਾਉਂਦਾ ਹੈ ਜੋ ਸਭ ਸਹਿ ਕਾਲ ਜਾਣ ਹੋਈ ਜੋ ਹਰ ਇੱਕ ਨੂੰ ਜਾਣਦਾ ਹੈ ਜੋ ਸਭ ਦਾ ਜਾਨੂ ਹੈ ਉਸ ਪਰਮਾਤਮਾ ਦੇ ਮੈਂ ਗੁਣ ਗਾਉਂਦਾ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਇਹ ਜਿਹੜਾ ਬਹਾਵਲਪੁਰ ਦੀ ਬੋਲੀ ਹੈ ਮੈਂਡਾ ਟੰਡ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਂ ਜਦ ਤੂੰ ਆਜੇ ਮੈਂ ਆਜੇ ਹਾਂ ਆਜੇ ਤਾਂ ਅੱਗੇ ਜਿਹੜੀ ਕਿਰਿਆ ਆ ਰਹੀ ਹੁੰਦੀ ਹੈ ਉਹ ਨਕਰੇ ਹੀ ਬੋਲੀ ਜਾਂਦੀ ਹੈ ਜਿਵੇਂ ਤੂੰ ਜਾਂਦਾ ਹੈ ਹੈ ਅੱਗੇ ਤੂੰ ਜਾਂਦਾ ਹੈ ਨਹੀਂ ਹੋ ਸਕਦਾ ਤੂੰ ਜਾਂਦਾ ਹੈ ਇਸੇ ਤਰ੍ਹਾਂ ਜੋ ਤੂੰ ਦੇਹ ਜੋ ਤੂੰ ਦਿੰਦਾ ਹੈ ਸੋਈ ਹਾਂ ਪਾਈ ਹਾਂ ਆਗੇ ਮੈਂ ਆਜੇ ਤੂੰ ਆਜੇ ਅੱਗੇ ਜਿਹੜੀ ਕਿਰਿਆ ਉਹ ਨਕਰੇ ਬੋਲਨੀ ਪਾਈ ਦੀ ਥਾ ਹੋ ਗਿਆ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇ ਜਿਸ ਨੂੰ ਕਿਰਪਾ ਕਰੈ ਜੇ ਤਾ ਕਕੇ ਨੂੰ ਸਿਆਰੀ ਰਾਰਾ ਪੂਰਾ ਹੋਵੇ ਤੇ ਪਪੇ ਨੂੰ ਕੰਨਾਵੇ ਕਿਰਪਾ ਫਿਰ ਹੁੰਦਾ ਪੰਜਾਬੀ ਦਾ ਸ਼ਬਦ ਜੇ ਕਕੇ ਦੇ ਪੈਰ 'ਚ ਰਾਰਾ ਹੈ ਫਿਰ ਇਹ ਕਹਿੰਦਾ ਹਿੰਦੀ ਦਾ ਸ਼ਬਦ ਤੇ ਹਿੰਦੀ ਦੇ ਵਿੱਚ ਇਹਦਾ ਉਚਾਰਨ ਹੈ ਕਿਰਪਾ ਕਿਰਪਾ ਨਹੀਂ ਹੈ ਕਿਰਪਾ ਪੰਜਾਬੀ ਦਾ ਸ਼ਬਦ ਹੈ ਕਿਰਪਾ ਹਿੰਦੀ ਦਾ ਸ਼ਬਦ ਹੈ ਨਿਸ਼ਾਨੀ ਕੀ ਹੈ ਕਿ ਪੰਜਾਬੀ ਇਹਦਾ ਪੂਰਾ ਰਾਰਾ ਹੈ ਇਥੇ ਪੈਰ 'ਚ ਰਾਰਾ ਹੈ ਜੇ ਤੇ ਪੈਰ ਚ ਰਹਿ ਰਹਾ ਹੋਵੇ ਫਿਰ ਉਸ ਨੂੰ ਤੇਜ਼ੀ ਨਾਲ ਬੁਲਾਇਆ ਜਾਂਦਾ ਹੈ ਤੇ ਨਾਲੇ ਜਿਹੜੇ ਕੱਕੇ ਦੀ ਸਿਹਾਰੀ ਹੈ ਉਹ ਕੱਕੇ ਨੂੰ ਨਹੀਂ ਬੋਲੀ ਜਾਂਦੀ ਜਿਹੜਾ ਪੈਰ ਚ ਅੱਖਰ ਲੱਗੇ ਉਸ ਨਾਲ ਬੋਲੀ ਜਾਂਦੀ ਹੈ ਜੇ ਤੁਸੀਂ ਇਹਨੂੰ ਕਿਰਪਾ ਪੜੋਗੇ ਤਾਂ ਮੈਂ ਤੁਹਾਨੂੰ ਪੜਨਾ ਨਹੀਂ ਆਂਦਾ ਕਿਤੇ ਮੈਂ ਤੁਹਾਨੂੰ ਪੁਜਿਆ ਵੀ ਨਹੀਂ ਪੜਨੀ ਆਉਂਦੀ ਅਗਰ ਆਪ ਜੀ ਇਸ ਨੂੰ ਕਿਰਪਾ ਪੜਦੇ ਹੋਏ ਤਾਂ ਮੈਂ ਤੁਹਾਡੇ ਨਿਯਮ ਹੀ ਕੋਈ ਨਹੀਂ ਆਉਂਦਾ ਕ ਕ ਦੇ ਪੈਰ 'ਚ ਰਾਰਾ ਲੱਗਾ ਹੋਇਆ ਜਿਹੜੀ ਸਿਹਾਰੀ ਲੱਗੀ ਹੋਈ ਹੈ ਇਹ ਤੇ ਰਾਰੇ ਦੇ ਨਾਲ ਬੋਲੇਗੀ ਜਿਵੇਂ ਲਿਖ ਹੁੰਦਾ ਪ੍ਰੇਮ ਪੱਪੇ ਦੇ ਪੈਰ 'ਚ ਰਾਰਾ ਉੱਤੇ ਲਾ ਮਮਾ ਉਹਨੂੰ ਆਪਾਂ ਪੇਰਮ ਨਹੀਂ ਪੜ ਸਕਦੇ ਪੱਪੇ ਦੇ ਪੈਰ 'ਚ ਰਾਰਾ ਉੱਤੇ ਲਾ ਲੱਗੀ ਪੱਪੇ ਤੇ ਮਮਾ ਇੱਕ ਬੱਚਾ ਨੂੰ ਪੜਦਾ ਪੇਰਮ ਟੀਚਰ ਕਹਿੰਦੇ ਨਹੀਂ ਕਾਕਾ ਪੇਰਮ ਨਹੀਂ ਹੁੰਦਾ ਪ੍ਰੇਮ ਹੁੰਦਾ ਹੈ ਉਹ ਕਹਿੰਦੇ ਜੀ ਜਿਹੜੀ ਲਾਂਹ ਹੈ ਉਹ ਤੇ ਪੱਪੇ ਤੇ ਲੱਗੀ ਹੋਈ ਹੈ ਫਿਰ ਉਹਨੂੰ ਸਮਝਾਉਂਦਾ ਹੈ ਉਹ ਟੀਚਰ ਕਿ ਜਿਹੜੇ ਉੱਪਰ ਲਾਂਹ ਲੱਗੀ ਹੋਈ ਹੈ ਜਾਂ ਕੋਈ ਸਿਆਰੀ ਲੱਗੀ ਹੋਈ ਹੋਵੇ ਉਹ ਜਿਹੜਾ ਪੈਰ ਚ ਅੱਖਰ ਲੱਗਾ ਉਹਦੇ ਨਾਲ ਬੋਲਦੀ ਹੈ ਜਦੋਂ ਇਹ ਗਿਆਨ ਹੋ ਗਿਆ ਵਿਆਕਰਨ ਦਾ ਫਿਰ ਇਸ ਨੂੰ ਕੋਈ ਪਾਠੀ ਕਿਰਪਾ ਨਹੀਂ ਪੜੇਗਾ ਫਿਰ ਪੜੇਗਾ ਕਿਰਪਾ ਕਿਉਂਕਿ ਕਕੇ ਨੂੰ ਜਿਹੜੀ ਸਿਹਾਰੀ ਆ ਉਹ ਕਕੇ ਨਾਲ ਨਹੀਂ ਬੋਲੇਗੀ ਔਰ ਹਾਰੇ ਨਾਲ ਬੋਲੇਗੀ ਤੇ ਜਦੋਂ ਹਾਰੇ ਨਾਲ ਬੋਲੀ ਜਾਏਗੀ ਤੇ ਕੱਕਾ ਹਾਰੇ ਨੂੰ ਸਿਹਾਰੀ ਪੱਪੇ ਨੂੰ ਕਰਨਾ ਕੀ ਬਣ ਗਿਆ ਕਿਰਪਾ ਫਿਰ ਉਹਨੂੰ ਕਿਰਪਾ ਨਹੀਂ ਪੜਦਦਾ ਤੇ ਜੇ ਕੋਈ ਕਿਰਪਾ ਇਸ ਨੂੰ ਪੜਦਦਾ ਹੈ ਇਹਦਾ ਮਤਲਬ ਹੈ ਉਹਨੂੰ ਪੰਜਾਬੀ ਹੋਈ ਨਹੀਂ ਆਉਂਦੀ ਹਿੰਦੀ ਦੀ ਗੱਲ ਛੱਡੋ ਉਹਨੂੰ ਹਿੰਦੀ ਦੀ ਗੱਲ ਹੀ ਦੂਰ ਦੀ ਹੈ ਸੋ ਪੜਨ ਮੇਲੇ ਬੜਾ ਧਿਆਨ ਰੱਖਣਾ ਹੁੰਦਾ ਐਵੇਂ ਨੀ ਜੋ ਮਰਜ਼ੀ ਪੜਦੋ ਜੀ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਚੌਥੇ ਪਾਸ਼ਾ ਕਹਿੰਦੇ ਤੂ ਕਰਤਾ ਸਚਿਆਰ ਮੈਂਡਾ ਸਾਈਂ हे ਪ੍ਰਮਾਤਮਾ ਤੂ ਕਰਤਾ ਹੈ ਤੂ ਹਰ ਇੱਕ ਨੂੰ ਬਣਾਉਣ ਵਾਲਾ ਹੈ ਸਚਿਆਰ ਤੂੰ ਸਦਾ ਰਹਿਣ ਵਾਲਾ ਹੈ ਮੈਂਡਾ ਮੇਰਾ ਸਾਈਂ ਮਾਲਕ ਤੂੰ ਮੇਰਾ ਮਾਲਕ ਹੈ ਤੂੰ ਸਦਾ ਰਹਿਣ ਵਾਲਾ ਹੈ ਤੂੰ ਕਰਤਾ ਹੈ ਜੋ ਤਉ ਭਾਵੈ ਤਉ ਮੈਨੇ ਤੈਨੂੰ ਜੋ ਤਉ ਭਾਵੈ ਸੋਈ ਥੀਸੀ ਥੀਸੀ ਉਹ ਨਾ ਹੁੰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਇਹ ਨਹੀਂ ਕਿ ਜੋ ਸਾਨੂੰ ਚੰਗਾ ਲੱਗਦਾ ਉਹ ਹੋਊਗਾ। ਕਿਉਂ ਨਹੀਂ ਹੁੰਦਾ? ਸਾਨੂੰ ਕੁਝ ਹੋਰ ਚੰਗਾ ਲੱਗਦਾ ਹੈ, ਪਰਮਾਤਮਾ ਨੂੰ ਕੁਝ ਹੋਰ ਚੰਗਾ ਲੱਗਦਾ ਹੈ। ਉਹਨੂੰ ਜੋ ਚੰਗਾ ਲੱਗਦਾ ਹੈ ਉਹਨੇ ਉਹ ਕਰਨਾ ਹੈ। ਸਾਡੇ ਅਨੁਸਾਰ ਉਸਨੇ ਨਹੀਂ ਚੱਲਣਾ। ਪਰਮਾਤਮਾ ਨੇ ਸਾਡੇ ਅਨੁਸਾਰ ਨਹੀਂ ਚੱਲਣਾ। ਜੇ ਕਿਤੇ ਸਾਡੇ ਅਨੁਸਾਰ ਉਹ ਚੱਲਣ ਲੱਗ ਜੇ ਅੱਜ ਇੱਕ ਵੀ ਲੜਕੀ ਪੰਜਾਬ 'ਚ ਨਾ ਹੁੰਦੀ ਬਾਕੀ ਸਟੇਟਾਂ ਦੀ ਗੱਲ ਇੱਕ ਵੀ ਨਾ ਹੁੰਦੀ ਕਿਉਂ ਕਿਸੇ ਲੜਕੀ ਮੰਗਣੀ ਨਹੀਂ ਸੀ ਹਰ ਪਰਿਵਾਰ ਚਾਹੁੰਦਾ ਸਾਡੇ ਘਰ ਨੂੰ ਹੋਵੇ ਪਰ ਕੋਈ ਪਰਿਵਾਰ ਨਹੀਂ ਚਾਹੁੰਦਾ ਸਾਡੇ ਘਰ ਧੀ ਹੋਵੇ ਦੇਖੋ ਕਿਹਾ ਅਸੀਂ ਮੂਰਖਾਂ ਅਸੀਂ ਨੂੰ ਤੇ ਚਾਹੁੰਦੇ ਆ ਧੀ ਨਹੀਂ ਚਾਹੁੰਦੇ ਵਿਧੀਤ ਮੇਰੇ ਨੂੰ ਕਿਵੇਂ ਹੋਵੇਗੀ ਬਾਈ ਉਹ ਕਿਵੇਂ ਆਏਗੀ ਜਿੰਨੇ ਤੁਸੀਂ ਬੈਠੇ ਹੋ ਜਿੰਨੇ ਸੁਣ ਰਹੇ ਹੋ ਇਹਨਾਂ ਚ 99% ਨੂੰ ਚਾਹੁੰਦੇ ਨੇ ਜਿਹਦੇ ਘਰ ਲੜਕਾ ਹੈ ਉਹ ਕਹਿੰਦਾ ਮੇਰੇ ਘਰ ਨੂੰ ਆਵੇ ਪਰ ਉਹ ਬਿਲਕੁਲ ਨਹੀਂ ਚਾਹੁੰਦਾ ਮੇਰੇ ਘਰ ਲੜਕੀ ਆਵੇ ਇਸ ਲਈ ਜੇ ਬੰਦੇ ਦੀ ਰੱਬ ਮੰਨਣ ਲੱਗ ਜੇ ਨਾ ਉਹਨੂੰ ਮੁੱਕ ਮੱਕ ਗਿਆ ਹੁੰਦਾ ਕੰਮ ਕਿ ਲੜਕੀ ਕਿਸੇ ਮੰਗਣੀ ਲੜਕੇ ਲੜਕੇ ਸਾਰੇ ਹੋਣੇ ਸਨ ਅੱਗੇ ਸੰਸਾਰ ਚੱਲਣਾ ਨਹੀਂ ਸੀ ਸੌ ਕਸਾਲ ਦੇ ਸਾਰੇ ਮਰ ਮੁੜ ਜੰਦੇ ਖਤਮ ਖੇਲ ਇਸ ਲਈ ਪਰਮਾਤਮਾ ਸਾਡੀ ਨਹੀਂ ਮੰਨਦਾ ਉਹਨੇ ਤਾਂ ਸਾਰੇ ਸੰਸਾਰ ਦਾ ਖਿਆਲ ਰੱਖਣਾ ਅਸੀਂ ਸਵਾਰਥੀ ਹਾਂ ਅਸੀਂ ਨਿੱਜ ਦੇਖਦੇ ਹਾਂ ਪਰਮਾਤਮਾ ਨੇ ਤਾਂ ਸਾਰਿਆਂ ਦਾ ਖਿਆਲ ਰੱਖਣਾ ਹੈ ਇਸ ਲਈ ਉਹ ਆਪਣੇ ਤੌਰ ਤੇ ਜੋ ਠੀਕ ਸਮਝਦਾ ਹੈ ਉਹ ਕਰਦਾ ਹੈ ਸਾਡੇ ਅਨਸਾਰ ਉਹ ਨਹੀਂ ਚੱਲਦਾ ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜੋ ਤੋ ਭਾਵੇਂ ਸੋਈ ਥੀਸੀ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਹੋਣਾ ਜੋ ਤੂੰ ਦੇ ਸੋਈ ਹਾਂ ਪਾਈ ਜੋ ਤੂੰ ਦਿੰਦਾ ਹੈ ਉਹੀ ਮੈਨੂੰ ਮਿਲਦਾ ਹੈ ਅਸੀਂ ਲੈਣਾ ਤੇ ਬੜਾ ਕੁਝ ਚਾਹੁੰਨੇ ਹਾਂ ਆ ਵੀ ਮਿਲੇ ਆ ਵੀ ਮਿਲੇ ਆ ਵੀ ਮਿਲੇ ਪਰ ਸਾਨੂੰ ਉਹੀ ਮਿਲਦਾ ਜੋ ਉਹ ਦਿੰਦਾ ਹੈ ਜੋ ਉਹ ਦਿੰਦਾ ਹੈ ਉਹੀ ਸਾਨੂੰ ਮਿਲਦਾ ਆ ਇਸ ਲਈ ਅਸੀਂ ਤਰਵਾ ਤੋਂ ਦੇ ਕੇ ਤਰਲਾ ਕਰ ਸਕਦੇ ਆ ਉਹਦੀ ਮਰਜ਼ੀ ਸਾਡਾ ਤਰਲਾ ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ ਅਸੀਂ ਤੇ ਉਹਦੇ ਅੱਗੇ ਬੇਨਤੀ ਕਰ ਸਕਦੇ ਹਾਂ ਜਿਵੇਂ ਤੁਸੀਂ ਰੋਜ਼ ਕਰਦੇ ਗੁਰੂ ਗ੍ਰੰਥ ਸਾਹਿਬਾ ਟਾਟੇਕਦੇ ਹੋ ਤਾਂ ਸਾਡੀ ਬਾਣੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਨਹੀਂ ਹੈ ਬਾਣੀ ਸਾਡਾ ਗੁਰੂ ਹੈ ਬਾਣੀ ਗਿਆਨ ਹੈ ਅਸੀਂ ਗਿਆਨ ਨੂੰ ਮੱਥਾ ਟੇਕਦੇ ਹਾਂ ਮਹਾਨ ਤਾਂ ਸਰੀਰ ਦੀ ਨਹੀਂ ਹੁੰਦੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਅਸੀਂ ਤੇ ਬਾਣੀ ਨੂੰ ਮੱਥਾ ਟੇਕਦੇ ਹਾਂ ਅਸੀਂ ਤੇ ਗਿਆਨ ਨੂੰ ਮੱਥਾ ਟੇਕਦੇ ਹਾਂ ਅਸੀਂ ਗਿਆਨ ਨੂੰ ਮੰਨਦੇ ਹਾਂ ਅਸੀਂ ਗਿਆਨ ਨੂੰ ਪੜ੍ਹਦੇ ਹਾਂ ਅਸੀਂ ਗਿਆਨ ਨੂੰ ਗਾਉਂਦੇ ਹਾਂ ਅਸੀਂ ਗਿਆਨ ਦੀ ਕਥਾ ਕਰਦੇ ਹਾਂ ਅਸੀਂ ਗਿਆਨ ਅੱਗੇ ਸਿਰ ਝੁਕਾਉਂਦੇ ਹਾਂ ਬੰਦਿਆਂ ਅੱਗੇ ਕੋਈ ਸਿਰ ਨਹੀਂ ਝੁਕਾਇਆ ਕਰਦਾ ਕਹਿੰਦੇ ਨੋਲਿਜ ਇਜ਼ ਪਾਵਰ ਗਿਆਨ 'ਚ ਤਾਕਤ ਹੁੰਦੀ ਹੈ ਗਿਆਨ ਵੱਡਿਆਂ ਵੱਡਣ ਝੁਕਣ ਲਾਉਂਦਾ ਹੈ ਅਸੀਂ ਤਾਂ ਗਿਆਨ ਨੂੰ ਮੱਥਾ ਟੇਕਦੇ ਹਾਂ ਗਿਆਨ ਇਹ ਇਹ ਰੱਬੀ ਗਿਆਨ ਹੈ ਤੇ ਜਿਹੜਾ ਗਿਆਨ ਨੂੰ ਮੱਥਾ ਟੇਕਦਾ ਹੈ ਇੱਕ ਦਿਨ ਉਹ ਗਿਆਨਵਾਨ ਹੋ ਜਾਂਦਾ ਹੈ ਤੇ ਜਿਹੜਾ ਸਰੀਰਾਂ ਨੂੰ ਮੱਥਾ ਟੇਕੀ ਜਾਂਦਾ ਟੇਕੀ ਜਾਵੇ ਉਹ ਉਹਦੇ ਵਿੱਚ ਜੋ ਗਿਆਨ ਹੈ ਉਸ ਨੂੰ ਤੇ ਪ੍ਰਾਪਤ ਨਹੀਂ ਕਰਦਾ ਸੰਤ ਸਰੀਰ ਕਰਕੇ ਸੰਤ ਨਹੀਂ ਭਗਤ ਰਵਦਾਸ ਦੀ ਕੀਮਤ ਸਰੀਰ ਕਰਕੇ ਨਹੀਂ ਸੀ ਭਗਤ ਰਵਦਾਸ ਕੋਲੇ ਰੱਬੀ ਗਿਆਨ ਸੀ ਉਸ ਗਿਆਨ ਕਰਣ ਵੱਡੇ ਵੱਡੇ ਪੰਡਤ ਉਹਨੂੰ ਡੰਡੌਤ ਕਰਦੇ ਸਨ ਗਿਆਨ ਸੀ ਕਬੀਰ ਸਾਹਿਬ ਸਧਾਰਨ ਜਲਾਹੇ ਸਨ ਕੋਣ ਪੁੱਛਦੇ ਸਮਾਜ ਚ ਜਲਾਹਾਂ ਪਰ ਉਹਦੇ ਕੋਲੇ ਗਿਆਨ ਸੀ ਤੇ ਗਿਆਨ ਸੰਸਾਰੀ ਨਹੀਂ ਸੰਸਾਰੀ ਗਿਆਨ ਚ ਵੀ ਬੜੀ ਤਾਕਤ ਹੁੰਦੀ ਹੈ ਪਰ ਉਹਨਾਂ ਕੋਲੇ ਰੱਬੀ ਗਿਆਨ ਸੀ ਤੇ ਰੱਬੀ ਗਿਆਨ ਦੇ ਅੱਗੇ ਫਿਰ ਦੁਨੀਆ ਝੁਕਦੀ ਸੀ ਉਹਨਾਂ ਸਾਰਿਆਂ ਕੋਲੇ ਗਿਆਨ ਸੀ ਤੇ ਸਾਡੇ ਗੁਰੂਆਂ ਦਾ ਵੀ ਗਿਆਨ ਸੀ ਇਸ ਲਈ ਜਦ ਅਸੀਂ ਮੱਥਾ ਟੇਕਦੇ ਹਾਂ ਇਸ ਗਿਆਨ ਨੂੰ ਮੱਥਾ ਟੇਕਦੇ ਹਾਂ ਅਸੀਂ ਕਿਸੇ ਕਿਤਾਬ ਨੂੰ ਮੱਥਾ ਨਹੀਂ ਟੇਕਦੇ ਕਈ ਕਹਿੰਦੇ ਨੇ ਜੀ ਫਿਰ ਮੂਰਤੀ ਦੇ ਵੀ ਤੁਹਾਡੇ ਗ੍ਰੰਥ 'ਚ ਕੀ ਫਰਕ ਹੋਇਆ ਇਹ ਵੀ ਦੇਖਣ ਨੂੰ ਬੇਜਾਨ ਹੈ ਤੇ ਉਹ ਵੀ ਬੇਜਾਨ ਹੈ ਮੈਨੂੰ ਤੁਹਾਨੂੰ ਗਿਆਨ ਹੀ ਨਹੀਂ ਹੈ ਅਸੀਂ ਕਿਤਾਬਾਂ ਨੂੰ ਮੱਥਾ ਨਹੀਂ ਟੇਕਦੇ ਉਹ ਤੇ ਆਖਰਕਾਰ ਗਿਆਨ ਕਾਗਜ਼ ਦੇ ਉੱਤੇ ਲਿਖਿਆ ਹੋਇਆ ਹੈ ਤੇ ਕਾਗਜ਼ਾਂ ਦੀ ਸਾਂਭ ਸੰਭਾਲ ਲਈ ਜਿਲਦ ਚਾਹੀਦੀ ਹੁੰਦੀ ਹੈ ਦੇਖਣ ਨੂੰ ਇੱਕ ਧਾਰਮਿਕ ਗ੍ਰੰਥ ਹੈ ਅਸੀਂ ਇਸ ਧਾਰਮਿਕ ਗ੍ਰੰਥ ਨੂੰ ਮੱਥਾ ਨਹੀਂ ਟੇਕਦੇ ਇਹਦੇ ਵਿੱਚ ਜੋ ਗਿਆਨ ਹੈ ਅਸੀਂ ਉਹਦੇ ਕੇ ਸਿਰ ਚ ਕਾਨੇ ਆ ਗਿਆਨ ਵਾਂਗ ਅੱਗੇ ਸਿਰ ਚ ਕਾਇਆ ਜਾਂਦਾ ਹੈ ਅਸੀਂ ਇਹ ਇਹ ਰੱਬੀ ਗਿਆਨ ਹੈ ਅਸੀਂ ਗਿਆਨ ਨੂੰ ਮੱਥਾ ਟੇਕਦੇ ਹਾਂ ਤੇ ਇਸ ਲਈ ਸਾਡਾ ਫਰਜ਼ ਬਣਦਾ ਹੈ ਇਸ ਗਿਆਨ ਨੂੰ ਅਸੀਂ ਗ੍ਰਹਿਣ ਕਰੀਏ ਸੋ ਗੁਰੂ ਮਹਾਰਾਜ ਕਹਿੰਦੇ ਨੇ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਂ ਸੋਈ ਹਾਂ ਪਾਈਂ ਜੋ ਤੈਨੂੰ ਪਉਂਦਾ ਓਹੀ ਹੁੰਦਾ ਜੋ ਤੂੰ ਦਿੰਦਾ ਹੈ ਓਹੀ ਮੈਨੂੰ ਮਿਲਦਾ ਮੇਰੀ ਮਰਜ਼ੀ ਨਹੀਂ ਚਲਨੀ ਪਰਮਾਤਮਾ ਦੀ ਮਰਜ਼ੀ ਮਰਜ਼ੀ ਚਲਨੀ ਉਹਨੇ ਦੇਖਨੇ ਕਿ ਮੇਰੇ ਲਈ ਕੀ ਠੀਕ ਹੈ ਤੇ ਕੀ ਗਲਤ ਹੈ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਆਪਣੇ ਫਿਊਚਰ ਦਾ ਨਹੀਂ ਪਤਾ ਕਿ ਜੋ ਅਸੀਂ ਮੰਗ ਰਹੇ ਹਾਂ ਅਗਰ ਇਹ ਸਾਡੀ ਮੰਗ ਪੂਰੀ ਹੋ ਗਈ ਕੀ ਇਹ ਸਾਡੇ ਲਈ ਲਾਭਦਾਇਕ ਹੈ ਕਿ ਇੱਕ ਨੁਕਸਾਨਦਾਇਕ ਹੈ ਤਾਂ ਦੇ ਹੀ ਨਹੀਂ ਪਤਾ ਸਾਨੂੰ ਤੇ ਇਹੀ ਨਹੀਂ ਪਤਾ ਜੇ ਕੋਈ ਜਿਵੇਂ ਕੰਸ ਨੂੰ ਪਹਿਲਾਂ ਦੱਸਦਾ ਜੋਤਿਸ਼ੀ ਨੇ ਤੇਰੀ ਭੈਣ ਦੇ ਕਰ ਜਿਹੜਾ ਲੜਕਾ ਹੈਗਾ ਉਹ ਤੈਨੂੰ ਮਾਰੇਗਾ ਲੱਗਣ ਪਤਾ ਤੇ ਉਹਨੇ ਕਿਹਾ ਜੇ ਇਹ ਨੂੰ ਮੈਨੂੰ ਮਾਰੇਗਾ ਮੈਨੂੰ ਹੋਣੀ ਨਹੀਂ ਦਿੰਦਾ ਮੈਂ ਮਾਰ ਦੈ ਕਨੂੰ ਤੁਸੀਂ ਪੁੱਤਰ ਮੰਗਿਆ ਅਖਬਾਰ ਚ ਉਹਨੇ ਪੁੱਤਰ ਨੇ ਬਾਪ ਮਾਰਤਾ ਹੁੰਦਾ ਕਿ ਨਹੀਂ ਪੁੱਤਰ ਮੰਗਿਆ ਪੁੱਤਰ ਨੇ ਬਾਪ ਦਾ ਕਤਲ ਕਰ ਦਿੱਤਾ ਤੇ ਜੇ ਕਿਤੇ ਜੋਤਿਸ਼ੀ ਉਸ ਬਾਪ ਨੂੰ ਕਹਿੰਦਾ ਜਿਹੜਾ ਤੂੰ ਪੁੱਤਰ ਮੰਗ ਰਿਆ ਨੇ ਇਹੇ ਤੇਨ ਮਾਰੂ ਸ਼ਾਇਦ ਫਿਰ ਨਾ ਮੰਗਦਾ ਤੇ ਨਾ ਪੈਦਾ ਹੋਣ ਦਿੰਦਾ ਹੈ ਪੈਦਾ ਹੋਣ ਦਿੰਦਾ ਪਰ ਸਾਨੂੰ ਨਹੀਂ ਗਿਆਨ ਹੈ ਇਸ ਲਈ ਅਸੀਂ ਚੀਜ਼ਾਂ ਮੰਗਦੇ ਰਹਨੇ ਉਹ ਬਾਅਦ ਚ ਪਤਾ ਲੱਗਦਾ ਵੀ ਐਵੇਂ ਹੀ ਕਈ ਸਾਲ ਨੱਕ ਰਗੜਦੇ ਰਹੇ ਚਲੀਹੇ ਕਰਦੇ ਰਹੇ ਇਹ ਤੇ ਮਗਰੋਂ ਨੁਕਸਾਨ ਦਾ ਹੀ ਨਿਕਲੇ ਫੇ ਮਰ ਜੇਵੇਂ ਤੂੰ ਇਹਦੇ ਨਾਲੋਂ ਇਹਦੇ ਨਾਲ ਤੂੰ ਨਾ ਹੁੰਦਾ ਵੇ ਅੱਗੋ ਬੋਲਦਾ ਮੈਂ ਤੈਨੂੰ ਕਿਹਾ ਸੀ ਮੈਨੂੰ ਜਮ ਇੱਕ ਲੜਕੇ ਤੋਂ ਉਦੋਂ ਵੀ ਅੱਗੇ ਬੋਲਦਾ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰਦਾ ਗਲੀ ਚ ਮੈਂ ਸਕੂਲ ਨੂੰ ਜਾ ਰਿਹਾ ਸੀ ਸਵੇਰੇ ਸਵੇਰੇ ਮਾਪੇ ਪੁੱਤ ਲੜ ਰਹੇ ਹੋਣੇ ਟੀਚਰ ਜਾ ਰਹੇ ਨੇ ਤੇ ਉਹ ਕਹਿੰਦਾ ਮਰ ਜਣਾ ਇਹਦੇ ਨਾਲ ਤੂੰ ਨਾ ਹੁੰਦਾ ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਜਮ ਤੇ ਅੱਗੇ ਜੋ ਕਿਹਾ ਉਹ ਮੈਂ ਤੁਹਾਡਾ ਨਾ ਸਾਂਝਾ ਨਹੀਂ ਕਰ ਸਕਦਾ ਮੈਨੂੰ ਬੜੀ ਸ਼ਰਮ ਆਈ ਵੀ ਦੱਸ ਇਹੋ ਜਿਹਾ ਪੁੱਤਰ ਅਗਲੇ ਨੇ ਜੰਮੇ ਕੀ ਅਗਲੇ ਇਹ ਸੀ ਉਮੀਦ ਵੀ ਇਹੋ ਜਿਹਾ ਸਾਡਾ ਪੁੱਤਰ ਹੋਵੇਗਾ ਜਿਸ ਲਈ ਅਸੀਂ ਢੋਲ ਢਮਕੇ ਵਜਾਏ ਹੈ ਮਠਿਆਈਆਂ ਵੰਡੀਆਂ ਸ਼ਰਾਬਾਂ ਪੀਤੀਆਂ ਲੋਕਾਂ ਨੂੰ ਸ਼ਰਾਬਾਂ ਪਲਾਈਆਂ ਇਹ ਕਿਉਂਕਿ ਸਾਨੂੰ ਪਤਾ ਨਹੀਂ ਸਾਡੇ ਲਈ ਕੀ ਲਾਭ ਦਾ ਹੈ ਕੈ ਇਸ ਲਈ ਅਸੀਂ ਐਵੇਂ ਹੀ ਫਜ਼ੂਲ ਦਾ ਮੰਗਦੇ ਰਹਿੰਨੇ ਨਾਣਕ ਸਾਹ ਕਰਮਾਤ ਸਾਹਿਬ ਤੁਠੇ ਜੋ ਮਿਲੇ ਕਰਮਾਤ ਦਾ ਹੁੰਦਾ ਬਖਸ਼ਿਸ਼ ਅਸਲ ਚ ਬਖਸ਼ਿਸ਼ ਹੋਈ ਹੈ ਜੋ ਪਰਮਾਤਮਾ ਆਪ ਖੁਸ਼ ਹੋ ਕੇ ਦੇਵੇ ਉਹਨੇ ਤਨੂੰ ਤਨਤੀਆਂ ਦਿੱਤੀਆਂ ਆ ਉਹਨੇ ਦਿੱਤੀਆਂ ਤੁਸੀਂ ਨਹੀਂ ਮੰਗੀਆਂ ਬਸ ਉਹਦੀ ਦਾਤ ਸਮਝੋ ਵੀ ਇਹ ਭਾਗ ਲਾਉਣਗੀਆਂ ਸਾਡੇ ਘਰ ਨੂੰ ਜੇ ਰੜ ਰੜ ਤੁਸੀਂ ਕਰੀਗੇ ਵਿੱਚ ਉਹ ਨਫ਼ਰਤ ਕਰੀਗੇ ਕਿੱਥੇ ਆ ਗਈ ਕਿੱਥੇ ਆ ਗਈਆਂ ਨੇ ਉਹ ਤੁਹਾਡੀ ਭਾਵਨਾ ਉਹਨਾਂ ਦੇ ਵਿੱਚ ਚਲੀ ਜਾਣੀ ਹੈ ਵੱਡਿਆਂ ਕੋਲ ਤੁਹਾਡੇ ਗੈਣੀ ਨਹੀਂ ਮੰਨਣਾ ਵੀ ਤੁਸੀਂ ਸਾਨੂੰ ਦਿਲੋਂ ਪਸੰਦ ਨਹੀਂ ਸੀ ਕਰਦੇ ਤੁਹਾਡੀ ਭਾਵਨਾ ਬੱਚਿਆਂ 'ਚ ਜਾ ਹੀ ਜਾਣੀ ਲਗਾਤਾਰ ਹਰ ਸਾਲ ਉਹਨਾਂ ਦੇ ਵਿਚਾਰ ਵੀ ਤੁਹਾਡੇ ਵਿਰੁੱਧ ਹੋਈ ਜਾਣੇ ਨੇ ਤੂੰ ਕਿਉਂਕਿ ਤੁਸੀਂ ਉਹਨਾਂ ਦੇ ਵਿਰੁੱਧ ਹੋ ਅਸੀਂ ਉਹ ਨਹੀਂ ਸੀ ਚਾਹੁੰਦੇ ਇਹ ਐਵੇਂ ਆ ਗਈਆਂ ਨੇ ਇਹ ਹੈ ਰੋਟੀ ਪਾਣੀ ਤਾਂ ਦੇਣੀ ਬੱਚੇ ਨਹੀਂ ਤੁਹਾਡੀ ਜਿਹੜੀ ਸੋਚ ਹੈ ਉਹਦੇ ਵਿੱਚ ਜਾਵੇਗੀ ਉਹ ਵੀ ਬਾਅਦ ਚ ਆਪਣੀ ਮਰਜ਼ੀ ਕਰੇ ਤੁਹਾਡੇ ਅੱਖੇ ਨਹੀਂ ਲੱਗਣਾ ਕਿਉਂਕਿ ਤੁਸੀਂ ਉਹਨੂੰ ਦਿਲੋਂ ਪਸੰਦ ਹੀ ਨਹੀਂ ਕੀਤਾ ਸਾਡੀ ਭਾਵਨਾ ਬੱਚੇ ਤੱਕ ਜਾਂਦੀ ਹੈ ਇਸ ਲਈ ਬੜਾ ਖਿਆਲ ਰੱਖਣਾ ਪੈਂਦਾ ਹੈ ਬੱਚੇ ਪੈਦਾ ਕਰਨਾ ਹੋਰ ਗੱਲ ਨਹੀਂ ਪਾਲਣਾ ਬੜੇ ਔਖੇ ਹੁੰਦੇ ਨੇ ਪਾਲਣ ਪਾਲਣ ਵਾਲੇ ਮਾਪਿਆਂ ਨੂੰ ਬੜਾ ਸੁਚੱਜ ਹੋਣਾ ਚਾਹੀਦਾ ਹੈ ਵਾਹ ਪਾਰੇ ਰਾਤ ਨੂੰ 10 ਵਜੇ ਵਿੰਗਾ ਟੇਡਾ ਜਾ ਹੋ ਕੇ ਦੱਸ ਇਹ ਕਿ ਆ ਬੱਚੇ ਨੂੰ ਪਾਲੇਗਾ ਵੀ ਇਹ ਬੱਚੇ ਨੂੰ ਕੀ ਸਿੱਖਿਆ ਦੇਵੇਗਾ ਜੀ ਸਾਡੇ ਸਦਾਦਰਸ਼ਨ ਸਿੰਘ ਹੁੰਦੇ ਸਨ ਕਿਰਾਏਦਾਰ ਲੋ ਜੀ ਰਾਤੀ ਨੂੰ ਸਰਦੀਆਂ ਦਾ ਮੌਸਮ ਸਾਡੇ 1:9 ਵੇ ਸਾਡੇ ਦਰਵਾਜ਼ਾ ਖੜਕਿਆ ਮੈਂ ਜੇ ਜਾਗਦੇ ਸਮੇਂ ਬਾਹਰ ਨਿਕਲਿਆ ਰਖੀ ਜਿਹਾ ਇੱਕ ਬੰਦਾ ਬੈਠਾ ਹਾਂ ਮਹ ਜੀ ਕਿਨੂੰ ਮਿਲਣਾ ਕਹ ਮੈਂ ਸਦਾਦਰਸ਼ਨ ਸਿੰਘ ਨਾਲ ਮਿਲਣਾ ਮਨਰਵਾਜ ਮਾਰੀ ਤੁਹਾਡਾ ਕੋਈ ਪਰੌਣਾ ਆਇਆ ਉਹ ਘੇਰ ਕੋਲੇ ਆਇਆ ਉਹਨੂੰ ਵੇਖਿਆ ਬੰਦੇ ਨੇ ਰਿਕਸ਼ੇ ਵਾਲਣ ਕਹਿੰਦੇ ਇਹਨੂੰ ਕਿੱਥੋਂ ਲੈ ਕੇ ਆਏ ਕਹਿੰਦਾ ਜੀ ਮੈਂ ਬੱਸ ਸਟੈਂਡ ਤੋਂ ਕਿੰਨੇ ਪੈਸੇ ਲਏ ਨੇ ਕਹਿੰਦੇ 10 ਰੁਪਏ ਦਰਸ਼ਨ ਸਿੰਘ ਨੇ 10 ਰੁਪਏ ਕੱਢੇ ਕਹਿੰਦਾ ਆ ਲੈ 10 ਰੁਪਏ ਇਹਨੂੰ ਜਿੱਥੋਂ ਲੈ ਉੱਥੇ ਹੀ ਛੱਡਿਆ ਉਹਨੂੰ 10 ਲਏ ਰਿਕਸ਼ਾ ਮੋਲ ਲਏ ਬਾਅਦ ਵਿੱਚ ਇਹ ਕੌਣ ਸੀ ਕਹਿੰਦੇ ਮੇਰਾ ਜੀਜਾ ਸੀ ਇਹ ਧਿਆਨ ਦੇਣਾ ਮੈਂ ਮੋੜ ਕਿਉਂ ਦਿੱਤਾ ਕਹਿੰਦੇ ਇਹਨੂੰ ਪਤਾ ਨਹੀਂ ਵੀ ਅਸੀਂ ਵੈਸ਼ਨੂ ਇਹ ਸ਼ਰਾਬ ਪੀ ਕੇ ਰਾਤ ਨੂੰ ਆ ਗਿਆ ਇਹਨੂੰ ਪਤਾ ਨਹੀਂ ਵੀ ਅਸੀਂ ਵੈਸ਼ਨੂ ਇਹ ਸ਼ਰਾਬ ਪੀ ਕੇ ਆ ਗਿਆ ਮੈਂ ਨਹੀਂ ਵੜਨ ਦਿੰਦਾ ਇਹਨੂੰ ਦੇਖੋ ਸਾਲਾ ਇਹਨੇ ਜੀਜਾ ਵੜਨ ਨਹੀਂ ਦਿੱਤਾ ਇਹਨੇ ਪ੍ਰਵਾਹ ਕੀਤੀ ਕਿ ਕੱਲ ਮੇਰੀ ਭੈਣ ਨਾਲ ਕੀ ਸਲੂਕ ਕਰੇਗਾ ਵੀ ਤੇ ਐਂ ਕੀਤਾ ਨਾ ਮੋੜ ਦਾ ਠੰਡ ਦੇ ਮੌਸਮ ਦੀ ਮੋੜ ਦਾ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਗਿਆ ਇਹਨ ਕੰਮ ਹੀਨਾਂ ਬਾਅਦ ਫਿਰ ਇੱਕ ਹੋਰ ਦਿਨ ਆ ਗਿਆ ਜੋਗੀ ਰੰਗ ਦੇ ਕੱਪੜੇ ਪਾਏ ਹੋਏ ਮੈਂ ਹਾਂ ਜੀ ਕਿਹਨੂੰ ਮਿਲਣਾ ਹੈ ਮੈਂ ਸਦਾ ਦਰਸ਼ਨ ਸੀ ਉਹਨਾਂ ਨੂੰ ਕਹਿੰਦੇ ਮਿਲਣਾ ਮੈਂ ਆਵਾਜ਼ ਮਾਰੀ ਕਹਿੰਦੇ ਆਓ ਜੀ ਜੀਜਾ ਜੀ ਆਓ ਜੀ ਧਨਪਾਗ ਧਨਪਾਗ ਹਾਂ ਕਹਿੰਦੇ ਹੁਣ ਢੀਗੇ ਨਾ ਹੂੰ ਹੁਣ ਸਾਧੋਗੇ ਕਹਿੰਦੇ ਇਹੋ ਜਿਹਾ ਹੋਵੇ ਫਿਰ ਹਾਂ ਇਹ ਤਾਂ ਦੁਨੀਆ ਠੀਕ ਹੁੰਦੀ ਹੈ ਤੁਸੀਂ ਕਰਦੇ ਪੁੱਛ 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 ਤੇ ਫਿਰ ਉਹਨਾਂ ਵਿਗੜ ਨਹੀਂ ਵਿਗੜਨਾ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਅਸੀਂ 80% ਬਾਪ ਸ਼ਰਾਬੀ ਇਕ ਬਾਬੀ ਨੇ ਪੰਜਾਬ ਦੇ 80% ਤੇ ਕੀ ਉਮੀਦ ਕਰਦੇ ਨੇ ਆਪਣੇ ਬੱਚਿਆਂ ਤੋਂ ਕੀ ਸਿੱਖਣਗੇ ਇਹੋ ਜਿਹੇ ਬਾਪ ਤੋਂ ਤੁਸੀਂ ਆਪ ਹੀ ਸੋਚੋ ਕੀ ਸਿੱਖਣਗੇ ਅਸੀਂ ਆਪ ਪਠਾ ਪੜਾਣ ਤੇ ਲੱਗੇ ਹੋਏ ਹਾਂ ਤੇ ਹੈ ਫਿਰ ਸੋਵੇ ਜੀਆ ਆਪਣੇ ਕੀ ਹੈ ਹੁਣ ਹੁਣ ਸੰਭੋ ਫਿਰ ਉਹਨਾਂ ਰੋਈ ਜਾ ਪਟੀ ਜਾ ਮਰਜੀ ਕਰੀ ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹਨੇ ਜੋ ਦੇਨੇ ਨਾ ਉਹੀ ਸਾਨੂੰ ਮਿਲਣਾ ਹੈ ਐਵੇਂ ਨਾ ਤਰਲੇ ਤੁਰੇ ਜਿ ਕਢੀ ਗਿਆ ਕਰੋ ਭਜਨ ਬੰਦਗੀ ਕਰਦੇ ਰਹੋ ਬਸ ਉਹ ਜੋ ਖੁਸ਼ ਹੋ ਕੇ ਦੇਵੇਗਾ ਉਸੇ ਉਹੀ ਸਾਡੇ ਲਾਭ ਦਾ ਹੈ ਹੈ ਸਾਡਾ ਕੰਮ ਹੈ ਭਜਨ ਬੰਦਗੀ ਕਰੀ ਜਾਣਾ ਬਸ ਮੰਗੀ ਮੰਗੀ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਹ ਦੇ ਦੇ ਆਹ ਦੇ ਦੇ ਆਹ ਦੇ ਦੇ ਉਹਨੂੰ ਪਤਾ ਨਹੀਂ ਹੈਗਾ ਜਦੋਂ ਪਰਮਾਤਮਾ ਜਾਣੀ ਜਾਣ ਹੈ ਬਸ ਭਜਨ ਬੰਦਗੀ ਕਰੀ ਜਾਓ ਅੱਪੇ ਸਭ ਕੁਝ ਸਮੇ ਸਮੇ ਤੇ ਸਾਨੂੰ ਦਿੰਦਾ ਰਹੇਗਾ ਸਾ ਅਗੇ ਰਹਾ ਸਭ ਤੇਰੀ ਤੂੰ ਸਭ ਨਹੀਂ ਤੇ ਹਰ ਇੱਕ ਤੇਰਾ ਤੇ ਸਾਰੇ ਤੈਨੂੰ ਤੇ ਹੁੰਦੇ ਹਨ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਹਾਂ ਤੇ ਆਉਣ ਵਾਲਿਆਂ ਤੇ ਜਿਸ ਤੇ ਤੂੰ ਕਰਦਾ ਹੈ ਕਿਰਪਾ ਉਹਨਾਂ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ ਨਾਮ ਨੂੰ ਰਤਨ ਕਿਹਾ ਹੈ ਰਤਨ ਹੀਰੇ ਜਵਾਰਾਤ ਬਹੁਤ ਕੀਮਤੀ ਪਦਾਰਥ ਨੂੰ ਰਤਨ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਰਤਨ ਕਿਹਾ ਇਹ ਬਹੁਤ ਕੀਮਤੀ ਹੈ ਵੈਸੇ ਤੇ ਨਾਮ ਦੀ ਗੁਰਬਾਣੀ ਕਹਿੰਦੇ ਕੀਮਤ ਹੀ ਨਹੀਂ ਪਾਈ ਜਾ ਸਕਦੀ ਇਹ ਤਾਂ ਅਮੋਲਕ ਹੈ ਨਾਮ ਤੇ ਅਮੋਲਕ ਹੈ ਇਹਦੀ ਕੋਈ ਕੀਮਤ ਨਹੀਂ ਪਾ ਸਕਦਾ ਪਰ ਫੇਰ ਵੀ ਜਿਸ ਨੂੰ ਕਿਰਪਾ ਕਰੇ ਹੈ ਪ੍ਰਮਾਤਮਾ ਜਿਸ ਤੇ ਤੂੰ ਕਿਰਪਾ ਕਰਦਾ ਹੈ ਤਿੰਨ ਨਾਮ ਰਤਨ ਪਾਇਆ ਤਿੰਨ ਨੰਨੇ ਨਸਿਆਰੀ ਹੈ ਉਸ ਨੇ ਕਿਉਂਕਿ ਜਿਸ ਨੂੰ ਹੈ ਜਿਨ੍ਹਾਂ ਨੂੰ ਨਹੀਂ ਸੁਰਜ ਜਿਸ ਨੂੰ ਇੱਕ ਬਚਨ ਹੈ ਜਿਸ ਤੇ ਜਿੰਦਾ ਜਿਨ੍ਹਾਂ ਨੂੰ ਫਿਰ ਅੱਗੇ ਉਹਨਾਂ ਤਿੰਨ ਨੰਨੇ ਨਸਿਆਰੀ ਨਹੀਂ ਸੀ ਹੋਣੀ ਨੰਨੇ ਨਸਿਆਰੀ ਪਾ ਕੇ ਤਿੰਨ ਇੱਕ ਬਚਨ ਬਣ ਜਾਂਦਾ ਗਿਆ ਹੈ ਜਿਸ ਨੂੰ ਕਿਰਪਾ ਕਰੇ ਜਿਸ ਤੇ ਤੂੰ ਕਿਰਪਾ ਕਰਦਾ ਹੈ ਤਿੰਨ ਨਾਮ ਰਤਨ ਪਾਇ ਉਸ ਨੂੰ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਮਿਲਣਾ ਗੁਰੂ ਤੋਂ ਸਭ ਤੋਂ ਵੱਡੀ ਦਾਤ ਹੈ ਇੱਕ ਤੇ ਗੁਰਮੰਤਰ ਹੁੰਦਾ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਗੁਰਮੰਤਰ ਦੇਣ ਉਹ ਵਾਜਾ ਮਾਰਦੇ ਹੋ ਕੇ ਤੇ ਸਪੀਕਰ ਲਾ ਲਾ ਕੇ ਜਦ ਕਹੇ ਗੁਰੂ ਵਾਲੇ ਬਣਜੋ ਗੁਰੂ ਵਾਲੇ ਬਣਜੋ ਤਾਂ ਹੀ ਹੈ ਵੀ ਅਮਰ ਚੱਕੋ ਅਮਰ ਚੱਕੋ ਆ ਜਾਓ ਸਾਡੇ ਕੋਲ ਤੁਹਾਨੂੰ ਗੁਰਮੰਤਰ ਦਿੰਨੇ ਆਂ ਗੁਰਮੰਤਰ ਤੋਂ ਗੁਰਮੰਤਰ ਤਾਂ ਇੱਕ ਸਾਧਨ ਹੈ ਨਾਮ ਦੀ ਪ੍ਰਾਪਤੀ ਦਾ ਗੁਰਮੰਤਰ ਤਾਂ ਇੱਕ ਸਾਧਨ ਹੈ ਗੁਰਮੰਤਰ ਦਾ ਜਾਪ ਕਰਦਾ 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 ਬੰਦਾ ਨਾਮ ਦੀ ਅਵਸਥਾ ਤੇ ਪਹੁੰਚਦਾ ਹੈ ਨਾਮ ਪ੍ਰਾਪਤ ਹੋ ਗਿਆ ਪਵ ਰੱਬ ਪ੍ਰਾਪਤ ਹੋ ਗਿਆ ਹੈ ਨਾਮ ਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੁੰਦਾ ਨਾਮ ਮਿਲ ਗਿਆ ਜੇ ਰੱਬ ਮਿਲ ਗਿਆ ਇੱਕੋ ਹੀ ਗੱਲ ਹੈ ਪਰ ਗੁਰਮੰਤਰ ਨੂੰ ਆਮ ਸ਼ਬਦਾਂ 'ਚ ਜੀ ਮੈਂ ਨਾਮ ਲਿਆ ਹੋਇਆ ਹੈ ਇਹ ਕਹਿੰਦੇ ਨੇ ਨਾਮ ਤੇ ਸਾਡੀ ਜਿਹੜੀ ਹੈ ਉਦੇਸ਼ ਹੈ ਜਿੱਥੇ ਅਸੀਂ ਪਹੁੰਚਣਾ ਹੈ ਉੱਥੇ ਅਸੀਂ ਪਹੁੰਚਣਾ ਹੈ ਸੋ ਜਿਸ ਤੇ ਪ੍ਰਮਾ ਗੁਰੂ ਮਹਾਰਾਜ ਪ੍ਰਮਾਤਮਾ ਕਿਰਪਾ ਕਰਦੇ ਨੇ ਉਹਨੂੰ ਨਾਮ ਰਤਨ ਦੀ ਦਾਤ ਦਿੰਦੇ ਨੇ ਗੁਰਮੁਖ ਲੱਦਾ ਮਨਮੁਖ ਗਵਾਇਆ ਗੁਰਮੁਖ ਹੁੰਦਾ ਹੈ ਗੁਰੂ ਦੇ ਆਖੇ ਲੱਗਣ ਵਾਲਾ ਮਨਮੁਖ ਹੁੰਦਾ ਹੈ ਮਨ ਦੇ ਆਖੇ ਲੱਗਣ ਵਾਲਾ ਗੁਰਬਾਣੀ ਚ ਦੋ ਪ੍ਰਕਾਰ ਦੇ ਬੰਦੇ ਗਿਨੇ ਗਏ ਨੇ ਇੱਕ ਗੁਰਮੁਖ ਤੂਜੇ ਮਨਮੁਖ ਤੀਜੇ ਪ੍ਰਕਾਰ ਦਾ ਕੋਈ ਬੰਦਾ ਨਹੀਂ ਗਿਨੇ ਗਿਆ ਜਾਂ ਤੇ ਉਹ ਲੋਕ ਨੇ ਜਿਹੜੇ ਗੁਰੂ ਦੇ ਆਖੇ ਲੱਗਦੇ ਨੇ ਜਾਂ ਉਹ ਲੋਕ ਨੇ ਜਿਹੜੇ ਮਨ ਦੇ ਆਖੇ ਲੱਗਦੇ ਨੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਇਸ ਨਾਮ ਰਤਨ ਨੂੰ ਪ੍ਰਾਪਤ ਕਰ ਲੈਂਦੇ ਨੇ ਲੱਭ ਲੈਂਦੇ ਨੇ ਮਨਮੁਖ ਗਵਾਇਆ ਤੇ ਜਿਹੜੇ ਮਨਮੁਖ ਨੇ ਇਸ ਨਾਮ ਰਤਨ ਨੂੰ ਗਵਾ ਲੈਂਦੇ ਨੇ ਮਨਮੁਖਤਾ ਕਾਰਨ ਜੋ ਉਹਨਾਂ ਕੋਲੇ ਸੀ ਉਹਨਾਂ ਗਵਾ ਲਿਆ ਗਵਾ ਲਿਆ ਮਾਲਾ ਭਜਨ ਬੰਦੀ ਕਰਦਾ ਰਹਿਣਾ ਕਰਦਾ ਰਹਿਣਾ ਕਰਦਾ ਰਹਿਣਾ ਵਸਥਾ ਉੱਚੀ ਹੋ ਰਹੀ ਹੈ ਫਿਰ ਮੈਂ ਕੋਈ ਗਲਤ ਕੰਮ ਕਰ ਦਿੰਨਾ ਉਹ ਗਵਾ ਲਿਆ ਜੋ ਪ੍ਰਾਪਤ ਕੀਤਾ ਕਈ ਸਾਲ ਲਾ ਕੇ ਉਹ ਖਤਮ ਹੋ ਗਿਆ ਮੂੰਹ ਫੇਰ ਲੱਗ ਰਿਹਾ ਫੇਰ ਲੱਗ ਰਿਹਾ ਫੇਰ ਲੱਗ ਰਿਹਾ ਫੇਰ ਲੱਗ ਰਿਹਾ ਕਈ ਸਾਲ ਕੋਈ ਪ੍ਰਾਪਤੀ ਹੋਣ ਲੱਗੀ ਤੇ ਫਿਰ ਕੋਈ ਹੋਰ ਗਲਤੀ ਕਰ ਦੇ ਚੱਲ ਫੇਰ ਜ਼ੀਰੋ ਹੋ ਗਿਆ ਐਂ ਹੀ ਸਾਰੀ ਉਮਰ ਬੰਦੇ ਦੀ ਲੰਘ ਜਾਂਦੀ ਹੈ ਇਹ ਬੁਰਾਈਆਂ ਸਾਡੀ ਭਜਨਬੰਦਗੀ ਨੂੰ ਨਸ਼ਟ ਕਰ ਦਿੰਦੀਆਂ ਹਨ ਇਹ ਬੁਰਾਈਆਂ ਭਜਨਬੰਦਗੀ ਨੂੰ ਨਸ਼ਟ ਕਰਦੀਆਂ ਕੇ ਇਸ ਲਈ ਜਿਹੜਾ ਬੁਰੇ ਕੰਮ ਛੱਡਣੇ ਪੈਂਦੇ ਨੇ ਫੇਰ ਭਜਨਬੰਦਗੀ ਹੁੰਦੀ ਨਹੀਂ ਤਾਂ ਸੱਜਣ ਠੱਗ ਕਹਿ ਸਕਦਾ ਸੀ ਬੀ ਮਹਾਰਾਜ ਜੀ ਠੱਗੀਆਂ ਬੜੀਆਂ ਸਵਾਦ ਲੱਗਦੀਆਂ ਨੇ ਹਾਂ ਮੈਂ ਨਾਮ ਜਪੀ ਜਾੰਗਾ ਦੇਜੋ ਮੈਨੂੰ ਗੁਰਮੰਤਰ ਪਰ ਆ ਠੱਗੀਆਂ ਰਹਿਣ ਦਿਓ ਉਹ ਨਹੀਂ ਸੀ ਚੱਲਨੀ ਕੋਈ ਨਹੀਂ ਸੀ ਚੱਲਨੀ ਉਹਨੇ ਕਿ ਨਹੀਂ ਪਹਿਲੇ ਠੱਗੀਆਂ ਛੱਡ ਉਦੋਂ ਬਾਅਦ ਤੇਰੇ ਨਾਲ ਮੈਂ ਕੋਈ ਗੱਲ ਕਰਾਂਗਾ ਸੋ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਲਾਦਾ ਮਨਮੁਖ ਗਵਾਇਆ ਗੁਰਮੁਖਾਨੇ ਇਹ ਨਾਮ ਰਤਨ ਲੱਭ ਲਿਆ ਜਿਹੜੇ ਮਨਮੁਖ ਸਨ ਉਹਨਾਂ ਨੇ ਗਵਾ ਲਏ ਤੂੰ ਜੇ ਆਪ ਵਿਛੋੜਿਆ ਆਪ ਮਿਲਾਇ ਤੂੰ ਆਪ ਹੀ ਜੀਵ ਨੂੰ ਆਪਣੇ ਨਾਲੋਂ ਵਿਛੋੜਨ ਵਾਲਾ ਕਿਉਂਕਿ ਜਦੋਂ ਅਸੀਂ ਮਨਮੁਖ ਹੋ ਜਾਾਂਗੇ ਪਰਮਾਤਮਾ ਸਾਨੂੰ ਆਪਣੇ ਤੋਂ ਵਿਛੋੜ ਦੇਗਾ ਵਿਚੋ ਭੱਜ ਜਾ ਕਿਉਂਕਿ ਸਾਡਾ ਸੁਭਾਅ ਹੀ ਨਾ ਉਹਦੇ ਵਰਗਾ ਰਿਹਾ ਸਾਡੀ ਟੁੱਟਫੁੱਟ ਹੋ ਗਈ ਸੁਭਾਅ ਹੀ ਨਹੀਂ ਮੇਲ ਖਾਂਦਾ ਗੁਰਮੁਖ ਦਾ ਸੁਭਾਅ ਪਰਮਾਤਮਾ ਨਾਲ ਮੇਲ ਖਾਂਦਾ ਹੈ ਇਸ ਲਈ ਉਹਨੇ ਅਧਿਆਪਜ ਨਿਭਦੀ ਨਿਭਦੀ ਹੈ ਮਨਮੁਖ ਦਾ ਸੁਭਾਅ ਪ੍ਰਮਾਤਮਾ ਨਾਲ ਮੇਲ ਹੀ ਨਹੀਂ ਖਾਂਦਾ ਇਸ ਲਈ ਉਹਨਾਂ ਦੀ ਆਪੇ ਟੁੱਟ-ਫੁੱਟ ਹੋ ਗਈ ਹੈ। ਉਹ ਫਿਰ ਤੇ ਉਹ ਦਾ ਆਪ ਵਿਛੋੜਿਆ। ਇਹ ਮਨਮਿਕ ਨੂੰ ਪ੍ਰਮਾਤਮਾ ਆਪ ਹੀ ਵਿਛੋੜ ਦਿੰਦਾ ਹੈ। ਗੁਰਮੁਖ ਨੂੰ ਆਪ ਹੀ ਮਲਾਉਣ ਵਾਲਾ ਨਾਲ। ਤੂੰ ਦਰੀ ਆਉ ਸਭ ਤੁਝ ਹੀ ਮਾਹੈ। ਤੁਝ ਬਿਨ ਦੂਜਾ ਕੋਈ ਨਾਹੈ। ਜੀ ਜੰਤ ਸਭ ਤੇਰਾ ਖੇਲ। ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਤੂੰ ਦਰਿਆ ਤੂੰ ਦਰਿਆ ਦੀ ਨਹੀਂ ਆਈ ਸਭ ਤੂੰ ਜੀ ਹੀ ਮੈਂ ਹਰ ਇੱਕ ਤੇਰੇ ਵਿੱਚ ਹਰ ਇੱਕ ਤੇਰੇ ਵਿੱਚ ਹੈ ਤੇਰੇ ਤੋਂ ਬਾਹਰ ਕੋਈ ਨਹੀਂ ਹੈ ਤੁੱਦ ਤੁਜ ਬਿਨ ਦੂਜਾ ਨਹੀਂ ਤੁਜ ਬਿਨ ਦੂਜਾ ਕੋਈ ਨਹੀਂ ਤੇਰੇ ਤੋਂ ਬਿਨਾ ਹੋਰ ਤੇਰੇ ਵਰਗਾ ਕੋਈ ਹੈ ਹੀ ਨਹੀਂ ਤੇਰੇ ਵਰਗਾ ਤੂੰ ਹੀ ਹੈ ਤੇਰੇ ਤੋਂ ਬਿਨਾ ਤੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ ਹੈ ਜੀ ਜੰਤ ਸਭ ਤੇਰਾ ਖੇਡ ਇਹ ਸਾਰੇ ਜੀਵ ਜੰਤਾ ਤੇਰਾ ਖੇਲ ਨੇ ਇਹ ਤਾਂ ਤੇਰੀ ਖੇਡ ਹੈ ਇਹ ਤਾਂ ਤੇਰਾ ਤਮਾਸ਼ਾ ਹੈ ਵਿਯੋਗ ਮਿਲ ਵਿਛੜਿਆ ਸੰਯੋਗ ਹੀ ਮਿਲ ਜਦੋਂ ਵਿయోగ ਦਾ ਸਮਾਂ ਆਉਂਦਾ ਹੈ ਵਿਛੋੜੇ ਦਾ ਸਮਾਂ ਆਉਂਦਾ ਹੈ ਮਿਲਿਆ ਹੋਇਆ ਬੰਦਾ ਵੀ ਵਿਛੜ ਜਾਂਦਾ ਜਦੋਂ ਸੰਯੋਗ ਦਾ ਵੇਲਾ ਹੁੰਦਾ ਹੈ ਫਿਰ ਵਿਛੜਿਆ ਹੋਇਆ ਆਪਸ ਵਿੱਚ ਮਿਲ ਪੈਂਦਾ ਹੈ ਤਾਂ ਇਹ ਸੰਯੋਗ ਵਿਯੋਗ ਦੋਹੇਕਾਰ ਚਲਾਵੇਂ ਇਹ ਸੰਸਾਰ ਦਾ ਕੰਮ ਹੈ ਸੰਯੋਗ ਤੇ ਵਿਯੋਗ ਹੀ ਚਲਾ ਰਿਹਾ ਕੋਈ ਜੰਮ ਪਿਆ ਹੈ ਕੋਈ ਮਰ ਗਿਆ ਹੈ ਜੰਮ ਪਿਆ ਹੈ ਮਿਲ ਪਿਆ ਹੈ ਮਰ ਗਿਆ ਹੈ ਵਿਛੜ ਗਿਆ ਇਸ ਤਰ੍ਹਾਂ ਸਿਸਟਮ ਚੱਲਦਾ ਰਹਿੰਦਾ ਹੈ ਜਿਸ ਨੂੰ ਤੂੰ ਜਣਾਇ ਹੁਣ ਤੈਨੂੰ ਤੂੰ ਆ ਗਿਆ ਜਣਾਇ ਨਹੀਂ ਹੋਏਗਾ ਤੂੰ ਆਜੇ ਮੈਂ ਆਜੇ ਹਾਂ ਆਜੇ ਅੱਗੇ ਜਿਹੜੀ ਕਿਰਿਆ ਹੋਵੇਗੀ ਉਹ ਨਕਰੇ ਹੀ ਬੋਲੀ ਜਾਂਦੀ ਹੈ ਜਿਸ ਨੂੰ ਤੂੰ ਜਣਾਇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਜਿਸ ਨੂੰ ਤੂੰ ਜਣਾਏ ਸੋਈ ਜਾਣ ਜਣ ਹੇ ਪ੍ਰਮਾਤਮਾ ਤੈਨੂੰ ਉਹੀ ਵਿਅਕਤੀ ਜਾਣ ਸਕਦਾ ਹੈ ਜਿਸ ਨੂੰ ਤੂੰ ਜਣਾਉਂਦਾ ਹੈ ਤੂੰ ਆਪਣੇ ਆਪ ਨੂੰ ਜਿਸਤੇ ਪ੍ਰਗਟ ਕਰਦਾ ਹੈ ਉਹੀ ਤੈਨੂੰ ਜਾਣ ਸਕਦਾ ਹੈ ਦੂਜਾ ਨਹੀਂ ਜਾਣ ਸਕਦਾ ਜਿਨ੍ਹਾਂ ਪ੍ਰਮਾਤਮਾ ਆਪਣੇ ਆਪ ਨੂੰ ਪ੍ਰਗਟ ਕਰਦਾ ਸਿਰ ਮਨੁੱਖ ਉਹਨਾਂ ਹੀ ਪ੍ਰਮਾਤਮਾ ਨੂੰ ਜਾਣ ਸਕਦਾ ਹੈ ਸਾਰੇ ਨੂੰ ਤਾਂ ਅਜੇ ਤੱਕ ਕੋਈ ਜਾਣ ਹੀ ਨਹੀਂ ਸਕਿਆ ਸਾਰੇ ਪ੍ਰਮਾਤਮਾ ਨੂੰ ਤਾਂ ਅਜੇ ਤੱਕ ਕੋਈ ਜਾਣ ਹੀ ਨਹੀਂ ਸਕਿਆ ਆਇਨਸਟਾਈਨ ਸੰਸਾਰ ਦਾ ਬੜਾ ਪ੍ਰਸਿੱਧ ਵਿਦਵਾਨ ਹੋਣਾ ਸਾਇੰਸਦਾਨ ਹੋਇਆ ਕਹਿੰਦਾ ਜਿੰਨਾ ਪ੍ਰਮਾਤਮਾ ਨੇ ਮੈਨੂੰ ਦਿਮਾਗ ਦਿੱਤਾ ਮੈਂ ਦਿਮਾਗ ਦਾ ਸਾਰੀ ਮਸਲ 9% ਹਿੱਸਾ ਵਰਤ ਸਕਿਆ ਬਾਕੀ ਤੁਸੀਂ ਵਰਤ ਹੀ ਨਹੀਂ ਸਕਿਆ ਕਿਤੇ ਮੈਨੂੰ ਵਰਤਨਾ ਆ ਜਾਂਦਾ ਸਾਰਾ ਦਿਮਾਗ ਕੁਝ ਦਾ ਕੁਝ ਹੋ ਸਕਦਾ ਹੈ ਇਹ ਮਨੁੱਖ ਪਰਮਾਤਮਾ ਦਾ ਹੀ ਰੂਪ ਹੈ ਮਨੁੱਖ ਦੇ ਅੰਦਰ ਪਰਮਾਤਮਾ ਨੇ ਉਹ ਸ਼ਕਤੀਆਂ ਰੱਖੀਆਂ ਜੋ ਪਰਮਾਤਮਾ ਦੇ ਵਿੱਚ ਨੇ ਪਰ ਸਾਨੂੰ ਉਹਨਾਂ ਸ਼ਕਤੀਆਂ ਦੀ ਵਰਤੋਂ ਹੀ ਨਹੀਂ ਕਰਨੀ ਆਉਂਦੀ ਅਸੀਂ ਕੁਚਜੇ ਹਾਂ ਚੀਜ਼ ਕੋਲ ਹੈ ਉਹ ਵਰਤੋਂ ਨਹੀਂ ਕਰਨੀ ਆਉਂਦੀ ਚਾਹ ਕੋਲ ਹੈ ਵੇ ਸਬਜ਼ੀ ਕੱਟਣ ਲਈ ਫਲ ਕੱਟਣ ਲਈ ਅਸੀਂ ਕੁਚ ਜੀ ਹਾਂ ਆਪਣੇ ਢਿੱਡ ਜੀ ਮਾਰ ਰਹੇ ਨੇ ਉਹਦੇ ਨਾਲ ਆਤਮ ਹੱਤਿਆ ਕਰ ਲੈਣੀ ਉਹ ਆਤਮ ਹੱਤਿਆ ਕਰ ਲਈ ਨਹੀਂ ਸੀ ਨਾ ਉਹ ਦੂਜੇ ਨੂੰ ਮਾਰ ਲਈ ਸੀ ਉਹ ਤੇ ਆ ਸਬਜ਼ੀ ਆ ਲਈ ਸੀ ਫਲ ਕੱਟਣ ਲਈ ਸੀ ਪ੍ਰਮਾਤਮਾ ਨੇ ਸਾਡੇ ਅੰਦਰ ਸਭ ਕੁਝ ਰੱਖਿਆ ਹੋਇਆ ਹੈ ਸਾਨੂੰ ਆਪਣੀ ਸ਼ਕਤੀ ਦੇ ਬਰਾਬਰ ਸ਼ਕਤੀਸ਼ਾਲੀ ਬਣਾਇਆ ਹੈ ਪਰ ਉਹ ਕਹਿੰਦਾ ਹੈ ਵੀ ਇੱਕ ਸ਼ਰਤ ਹੈ ਤੁਸੀਂ ਮੈਨੂੰ ਆਪਣੇ ਵਿੱਚੋਂ ਪ੍ਰਗਟ ਕਰ ਲੋ ਫਿਰ ਤੁਹਾਡੀਆਂ ਸ਼ਕਤੀਆਂ ਮੇਰੇ ਵਰਗੀਆਂ ਹੋ ਜਾਣਗੀਆਂ ਫਿਰ ਜੋ ਤੁਸੀਂ ਚਾਹੋਗੇ ਕਰ ਸਕਦੇ ਹੋ ਤੁਸੀਂ ਮਰੇ ਨੂੰ ਵੀ ਜਿਉਂਦਿਆਂ ਕਰ ਸਕਦੇ ਜਿਉਂਦਿਆਂ ਨੂੰ ਵੀ ਤੁਸੀਂ ਮਾਰ ਸਕਦੇ ਹੋ ਇਹਨੀ ਸ਼ਕਤੀ ਤੁਹਾਡੇ ਕੋਲ ਆ ਜਾਏਗੀ ਹੁਣ ਤੇ ਮਰੇ ਡਾਕਟਰ ਵੀ ਨਹੀਂ ਜਿਉਂਦਿਆਂ ਕਰ ਸਕਦੇ ਇਹ ਸੰਤ ਮਾਤਮ ਮਰੇ ਨੂੰ ਵੀ ਜਿਉਂਦਿਆਂ ਕਰਦੇ ਨੇ 6ਵੇਂ ਪਾਸ਼ਾ ਦੇ ਸਹਿਬਜ਼ਾਦੇ ਬਾਬਾ ਅਟਲ ਰਾਏ ਜੀ ਨੁਕਲ 9 ਸਾਲ ਦੇ ਨੇ ਮਰੇ ਹੋਏ ਦੋਸਤ ਨੂੰ ਜਿਉਂਦੇ ਕਰਤਾ ਵੱਡੇ ਤੇ ਵੱਡੇ ਡਾਕਟਰ ਜ਼ੋਰ ਲਾ ਲੈ ਮਰੇ ਨੂੰ ਜਿਉਂਦਾ ਨਹੀਂ ਕਰ ਸਕਦੇ ਇਹ ਨਾ ਰੱਬੀ ਸ਼ਕਤੀ ਆ ਜਾਂਦੀ ਹੈ ਹੈਨ ਸਾਰੀਆਂ ਸ਼ਕਤੀ ਅੰਦਰ ਹੀ ਸਾਡੇ ਪਰ ਉਹ ਸਾਨੂੰ ਪ੍ਰਗਟ ਹੀ ਨਹੀਂ ਕਰਨੀ ਆਉਂਦੀ ਜੇ ਆਉਂਦੀਆਂ ਨੇ ਬਾਣੀ ਦੱਸਦੀ ਹੈ ਅਸੀਂ ਪ੍ਰਗਟ ਕਰਨ ਲਈ ਤਿਆਰ ਨਹੀਂ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ ਤੇ ਬੰਦਾ ਮਿਹਨਤ ਕਰਨ ਨੂੰ ਤਿਆਰ ਨਹੀਂ ਤਾਂ ਥੁੱਕੀ ਬੜੇ ਪਕੰਦੇ ਥੁੱਕੀ ਬੜੇ ਨਹੀਂ ਪਕਦੇ ਮਿਹਨਤ ਕਰਨੀ ਪੈਗੀ ਜੇ ਆਪਣੇ ਅੰਦਰ ਸ਼ਕਤੀਆਂ ਪ੍ਰਗਟ ਰਹੀ ਨੇ ਸਾਡੇ ਅੰਦਰ 9 ਨਦੀਆਂ 18 ਸਿੱਧੀਆਂ ਨੇ ਸਾਡੇ ਅੰਦਰ ਨੇ ਬਾਣੀ ਇਹ ਵੀ ਕਹਦੀ ਤੁਸੀਂ ਵਾਹਿਗੁਰੂ 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 ਕਰਿ ਜੋ ਉਹ 9 ਨਦੀਆਂ 18 ਸਿੱਧੀਆਂ ਤੁਹਾਡੇ ਅੰਦਰ ਪ੍ਰਗਟ ਹੋ ਜਾਣਗੀਆਂ ਤੁਹਾਨੂੰ ਕਿਸੇ ਚੀਜ਼ ਦੀ ਸੰਸਾਰ ਵਿੱਚ ਕਮੀ ਹੀ ਨਹੀਂ ਆਵੇਗੀ ਜਿੱਦਰ ਨੂੰ ਤੁਰੇ ਜਾਓਗੇ ਦੁਨੀਆ ਤੁਹਾਡੇ ਅੱਗੇ ਝੁਕਦੀ ਜਾਏਗੀ ਮੱਥੇ ਟੇਕਦੀ ਜਾਏਗੀ ਨਾ ਕੋਈ ਮਾਇਆ ਦੀ ਕਮੀ ਨਾ ਖਾਣ ਪੀਣ ਦੀ ਕਮੀ ਨਾ ਕੋਈ ਪਹਿਨਣ ਦੀ ਕਮੀ ਨਾ ਕੋਈ ਰਹਿਣ ਦੀ ਕਮੀ ਨਾ ਕੋਈ ਆਵਾਜਾਈ ਦੀ ਕਮੀ ਹੈ ਇੰਨਾ ਕੁਝ ਸਾਡੇ ਅੰਦਰ ਹੈ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਨੂੰ ਪ੍ਰਾਪਤ ਕਰਨ ਲਈ ਜ਼ੋਰ ਹੀ ਨਹੀਂ ਲਾਂਦੇ ਨਿਰਾ ਗਿਆਨ ਕੁਝ ਨਹੀਂ ਸਵਾਰਿਆ ਕਰਦਾ ਗਿਆਨ ਦੀ ਵਰਤੋਂ ਨਾਲ ਜ਼ਿੰਦਗੀ ਬਦਲਦੀ ਹੈ ਵਾਣੀ ਸਾਰੇ ਗੁਰੂ ਗ੍ਰੰਥ ਦੇ ਨੂੰ ਮੂੰਹ ਜਵਾਨੀ ਰਟਾ ਲਓ ਪਰ ਜੇ ਤੁਹਾਡਾ ਜੀਵਨ ਗੁਰਬਾਣੀ ਅਨੁਸਾਰ ਨਹੀਂ ਇਹ ਕੁਝ ਨਹੀਂ ਸਾਰੇਗਾ ਤੁਹਾਡਾ ਸਗੋ ਤੁਹਾਡੇ ਅੰਦਰ ਹਉਮੈ ਪੈਦਾ ਹੈ ਮੈਨੂੰ ਸਾਰਾ ਗੁਰੂ ਗ੍ਰੰਥ ਮੂੰਹ ਜਵਾਨੀ ਯਾਦ ਹੈ ਵੀ ਕੀ ਜੀਵਨ ਗੁਰਬਾਣੀ ਅਨੁਸਾਰ ਹੈ ਉਹ ਹੈ ਨਹੀਂ ਫਿਰ ਰਟੇ ਲਾ ਕੇ ਕੀ ਕਰੋਗੇ ਪਰਮਾਤਮਾ ਕਹਿੰਦਾ ਮੈਂ ਤੁਹਾਨੂੰ ਆਪਣੇ ਵਰਗਾ ਬਣਾਇਆ ਹੋਇਆ ਹੈ ਤੁਸੀਂ ਮੇਰੇ ਵਰਗਾ ਹੋਵੋ ਤੁਸੀਂ ਮੇਰੇ ਤੁਸੀਂ ਆਪਣੇ ਅੰਦਰ ਮੈਨੂੰ ਪ੍ਰਗਟ ਕਰ ਲੋ ਜਦ ਤੁਸੀਂ ਮੈਨੂੰ ਪ੍ਰਗਟ ਕਰ ਲੋ ਤੁਹਾਡੇ ਤੇ ਮੇਰੇ ਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ ਜੇ ਪ੍ਰਮਾਤਮਾ ਸ਼ਕਤੀਸ਼ਾਲੀ ਹੁੰਦਾ ਫਿਰ ਇਹ ਜਿਹੜਾ ਪ੍ਰਮਾਤਮਾ ਹੁੰਦਾ ਪ੍ਰਗਟ ਕਰਨ ਬ੍ਰह्मज्ञानी ਹੁੰਦਾ ਨਾ ਬ੍ਰह्मज्ञानी ਆਪ ਪਰਮੇਸ਼ਰ ਬ੍ਰह्मज्ञानी ਤੇ ਪ੍ਰਮਾਤਮਾ ਫਿਰ ਕੋਈ ਫਰਕ ਨਹੀਂ ਰਹਿੰਦਾ ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੋ ਜਾਂਦਾ ਹੈ ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਜਣਾਇ ਸੋਈ ਜਨ ਜਾਣੇ ਜਿਸ ਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈ ਉਹੀ ਤੈਨੂੰ ਜਾਣ ਸਕਦਾ ਹੈ ਮੁਹੰਮਦ ਸਾਹਿਬ ਨੂੰ ঈਸਾ ਮਸੀਹ ਨੂੰ ਸੱਤ ਆਕਾਸ਼ ਸੱਤ ਪਤਲ ਪਰਮਾਤਮ ਨੇ ਜਣਾਏ ਉਹਨਾਂ ਨੇ ਕਹਤਾ ਸੱਤ ਆਕਾਸ਼ ਨੇ ਸੱਤ ਪਤਲ ਨੇ ਪਰਮਾਤਮ ਨੇ ਗੁਰੂ ਨਾਨਕ ਜੀ ਲੱਖੇ ਆਕਾਸ਼ ਲੱਖੇ ਪਤਲ ਜਣਾਏ ਇਸ ਲਈ ਉਹਨਾਂ ਨੇ ਉਹਨੇ ਕਹਤੇ ਜਿੰਨੇ ਜਿੰਨੇ ਉਸਨੇ ਆਪਣੇ ਆਪ ਨੂੰ ਜਨਾਇਆ ਉਹਨਾਂ ਉਹਨਾਂ ਮਹਾਪੁਰਖਾਂ ਨੇ ਉਸ ਬਾਰੇ ਕਿਹਾ ਹਰ ਗੁਣ ਸਦ ਹੀ ਆਖ ਬਖਾਣਾ ਤੇ ਜਦ ਤੂੰ ਆਪਣੇ ਆਪ ਨੂੰ ਜਨਾਉਂਨੇ ਨਾ ਕਿਸੇ ਨੂੰ ਉਹ ਫਿਰ ਸਦ ਹੀ ਤੇਰੇ ਗੁਣ ਗਾਉਂਦਾ ਤੇਰੇ ਗੁਣਾਂ ਦਾ ਵਰਣਨ ਕਰਦਾ ਫਿਰ ਉਹ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਅਜ ਬਨੁਖ ਦੁਖੀ ਹੈ ਪੜ ਲਿਆ ਭਈ ਜਿਨ ਹਰ ਸੇਵਿਆ ਤੁਨ ਤਿੰਨ ਸੁਖ ਪਾਇਆ ਭਈ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਭਈ ਤੂੰ ਵੀ ਕਰ ਲੈ ਹੁਣ ਬਾਣੀ 'ਚ ਲਿਖਿਆ ਹੋਇਆ ਹੈ ਬਾਣੀ ਤੇ ਗਲਤ ਨਹੀਂ ਹੋ ਸਕਦਾ ਇਹ ਕਿਹੜੇ ਗੁਰੂ ਮਹਾਰਾਜ ਦੇ ਆਪਣੇ ਵਿਚਾਰ ਨੇ ਜੋਰੇਂ ਦੇ ਆਪਣੇ ਵਿਚਾਰ ਹੁੰਦੇ ਤਾਂ ਹੋ ਸਕਦਾ ਕੋਈ ਹੋ ਸਕਦਾ ਕੁਝ ਵਿੱਚ ਗੜਬੜ ਉਹ ਤੇ ਕਹੇ ਸਾਡੇ ਦੇ ਵਿਚਾਰ ਹੀ ਨਹੀਂ ਇਹ ਤੇ ਇਲਹਾਮ ਹੈ ਇਹ ਤੇ ਰੱਬੀ ਸੁਨੇਹਾ ਹੈ ਇਹ ਦੀ ਆਕਾਸ਼ ਬਾਣੀ ਹੈ ਸਿਰਫ ਸਾਡੇ ਮੂੰਹ ਰਾਹੀਂ ਮੁਖ ਰਾਹੀਂ ਸੰਸਾਰ ਤੱਕ ਗਈ ਹੈ ਬਸ ਇੱਥੇ ਇਹ ਤੇ ਰੱਬੀ ਰੱਬੀ ਹੈ ਬਾਣੀ ਤੇ ਜਿਹੜੇ ਰੱਬੀ ਬੋਲ ਨੇ ਉਹ ਗਲਤ ਨਹੀਂ ਹੋਇਆ ਕਰਦੇ ਸੋ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਸਿਮਰਨ ਕੀਤਾ ਉਸੇ ਨੂੰ ਹੀ ਸੁੱਖ ਮਿਲਿਆ ਜਿਸ ਨੇ ਵੀ ਫਿਰ ਸਾਡਾ ਵੀ ਫਰਜ਼ ਬਣਦਾ ਵੀ ਆਪਾਂ ਵੀ ਫਿਰ ਵੱਧ ਤੋਂ ਵੱਧ ਸਿਮਰਨ ਕਰੋ ਤੇ ਸੁਖੀ ਰਹੋ ਮਜਾ ਕਰੋ ਕੋਈ ਜ਼ਰੂਰੀ ਦੁਖੀ ਰਹਿਣਾ ਕੋਈ ਜ਼ਰੂਰੀ ਦੁਖੀ ਰਹਿਣਾ ਪਰ ਨਹੀਂ ਮਨੋਂ ਕੁ ਸੁਖੀ ਤੇ ਹੋਣਾ ਚਾਹੁੰਦੇ ਪਰ ਸੁੱਖ ਲਈ ਯਤਨ ਹੋਰ ਕਰਦਾ ਰਹਿੰਦਾ ਹੈ ਸੁਜੀਤ ਹੀ ਹੋਣਾ ਚਾਹੁੰਦਾ ਹੈ ਸੁੱਖ ਲਈ ਯਤਨ ਵੀ ਕਰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜੋ ਗੁਰਬਾਣੀ ਯਤਨ ਕਰਨ ਨੂੰ ਕਹਿੰਦੇ ਉਹ ਨਹੀਂ ਕਰਦਾ ਇਸ ਲਈ ਇਹਦੇ ਯਤਨਾਂ ਨੂੰ ਫਲ ਨਹੀਂ ਲੱਗਦਾ ਇਹ ਦੁਖੀ ਤੇ ਦੁਖੀ ਹੀ ਰਹਿੰਦਾ ਹੈ ਕਿ ਕਰੋੜਾ ਰੁਪਏ ਹੋਣ ਦੇ ਲੱਖ ਰੁਪਏ ਹੋਣ ਦੇ ਬਾਅਦ ਵੀ ਦੁਖੀ ਰਹਿੰਦਾ ਹੈ ਤੇ ਪੁੱਤਰ ਨੇ ਫਿਰ ਵੀ ਦੁਖੀ ਹੈ ਮਾਪਿਓ ਨੇ ਫਿਰ ਵੀ ਦੁਖੀ ਹੈ ਕੋਲ ਕਾਰ ਕੋਠੀਆਂ ਨੇ ਫਿਰ ਵੀ ਦੁਖੀ ਹੈ ਅਮੀਰ ਕਰੋੜਾ ਰੁਪਏ ਬੈਂਕ ਬੰਨ ਫਿਰ ਵੀ ਦੁਖੀ ਹੈ ਬੜਾ ਵਿਚਾਰੇ ਨੇ ਬੜੇ ਸਾਲ ਸੁੱਖ ਲੈਣ ਲਈ ਇੰਨੀ ਮਿਹਨਤ ਕੀਤੀ ਪਰਦੇਸਾਂ ਚ ਵੀ ਗਿਆ ਧਨ ਕਮਾਣ ਲਈ ਉਥੋਂ ਲੈ ਵੀ ਰਹੁੰਦੇ ਨੇ ਰੋਜ਼ ਵਰਤੋਰ ਦਾ ਸਾਕਰੰਦ ਰਿੰਦੇ ਨੇ ਮੈਂ ਲੱਤੋ ਕਿ ਬੰਦਾ ਤੂੰ ਜਿੱਥੇ ਮਰਜੀ ਚਲੇ ਜਾ ਇੱਕ ਮਾਂ ਰਾਤ ਰੋ ਰਹੀ ਸੀ ਅਮਰੀਕਾ ਤੋਂ ਮੇਰੇ ਪੁੱਤਰ ਜੀ ਨੇ ਸ਼ਰਾਬ ਪੀ ਕੇ ਗੱਡੀ ਚਲਾ ਰਿਆ ਸੀ ਉਭੜਿਆ ਗਿਆ ਜੀ ਮੈਂ ਚੰਗਾ ਭੈਣ ਜੀ ਵਧਾਈਆਂ ਜੇ ਮੈਂ ਫਰਮਾਇਆ ਕਰਨਾ ਸੀ ਮੈਂ ਬਧਾਈਆਂ ਜੀ ਮੈਂ ਅਮਰੀਕਾ ਦੇ ਤੁਹਾਡੇ ਬੱਚੇ ਨੂੰ ਪਤਾ ਨਹੀਂ ਸੀ ਵੀ ਸ਼ਰਾਬ ਪੀਕੇ ਤੇ ਡਰਾਈਵ ਨਹੀਂ ਕਰੀ ਕਰੀਦੀ ਹੁੰਦੀ ਪਤਾ ਹੋਣ ਦੇ ਬਾਅਦ ਵੀ ਕਰ ਰਿਹਾ ਫੜਿਆ ਕਿ ਮੈਂ ਕੀ ਕਰਾਂ ਮੈਂ ਕੁਝ ਨਹੀਂ ਕਰ ਸਕਦਾ ਨਹੀਂ ਜੀ ਕੁਝ ਕਰੋ ਮੈਂ ਬੀਬਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਕਿਸੇ ਗਲਤ ਬੰਦੇ ਲਈ ਕੋਈ ਅਰਦਾਸ ਕਰਨ ਲਈ ਤਿਆਰ ਨਹੀਂ ਕੋਈ ਪਾੜ ਦੇਣ ਲਈ ਤਿਆਰ ਨਹੀਂ ਮੇਰੇ ਕਰ ਸਕਦਾ ਐ ਤਾਂ ਸਾਰੇ ਜੇਲ੍ਹ ਵਾਲੇ ਬਿਲਕੁਲ ਆ ਜਾਣਗੇ ਅਸੀਂ ਬਰੀ ਹੋ ਜੀਏ ਜੀ ਜਿੰਨਿਆਂ ਤੇ ਮੁਕੱਦਮੇ ਚੱਲਦੇ ਨੇ ਸਾਰੇ ਆ ਜਾਣਗੇ ਅਸੀਂ ਬਰੀ ਹੋ ਜੀਏ ਜੀ ਜੇ ਸਾਰੇ ਆ ਜਾਣਗੇ ਫਿਰ ਮੇਰੇ ਕਰੋ ਕਰੋ ਪਰੋ ਹਾਂ ਅਸਟੇ ਹੁਕਮਨਾਮਾ ਲੈ ਕੇ ਪੁੱਛਣਾ ਉਹ ਤਾਂ ਤੁਸੀਂ ਆਪ ਹੀ ਮੰਨ ਲੈ ਜੇ ਤੁਹਾਡੇ ਬੱਚੇ ਦਾ ਕਸੂਰ ਹੈ ਹੁਕਮਨਾਮਾ ਲੈਣ ਦੀ ਲੋੜ ਹੀ ਨਹੀਂ ਅਗਰ ਤੁਸੀਂ ਕਹਿੰਦੇ ਜੀ ਮੇਰੇ ਬੱਚੇ ਨੂੰ ਪੁਲਿਸ ਫੜ ਕੇ ਲੈ ਗਈ ਹੈ ਫਿਰ ਮੈਂ ਗੁਰੂਵਾਰ ਪੁੱਛਣਾ ਸੀ ਕਿ ਬੱਚੇ ਦਾ ਕਸੂਰ ਹੈ ਜੋ ਕਹਿੰਦਾ ਹੈ ਤੇ ਗੱਲ ਖਤਮ ਹੈ ਭਗੋ ਹਾਂ ਗੁਰੂਵਾਰ ਨਹੀਂ ਕਸੂਰ ਹੈ ਸ਼ੱਕ ਦੇ ਆਧਾਰ ਤੇ ਫੜਿਆ ਫਿਰ ਤੁਨ ਮੈਂ ਪਾਠ ਵੀ ਦੇਣਾ ਸੀ ਅਰਦਾਸ ਵੀ ਤੁਹਾਡੀ ਕਰਨੀ ਸੀ ਮੈਂ ਪੁੱਠੇ ਕੰਮ ਤੁਸੀਂ ਕਰਦੇ ਹੋ ਇਸ ਲਈ ਜਿਹੜੇ ਇੰਡੀਆ ਸ਼ਰਾਬ ਪੀਂਦੇ ਬਾਹਰ ਵੀ ਜਾ ਕੇ ਪੀਂਦੇ ਨੇ ਜਿਹੜੇ ਇੱਥੇ ਸਮਗਲਰ ਸਨ ਬਾਹਰ ਵੀ ਜਾ ਕੇ ਸਮਗਲਰ ਨੇ ਇਹ ਆਦਤ ਤਾਂ ਨਹੀਂ ਛੱਡਦਾ ਬੰਦਾ ਜਿੰਨਾ ਚਿਰ ਰਾਤ ਤਾਂ ਨਹੀਂ ਛੱਡਦਾ ਥਾਵਾ ਬਦਲਣਾ ਕੀ ਫਰਕ ਪੈ ਜਾਏਗਾ ਆਤਾ ਛੱਡਣਾ ਗੱਲ ਬਣੇਗੀ ਜਿੱਥੇ ਵੀ ਹੋ ਉੱਥੇ ਬ੍ਰਾਈ ਛੱਡ ਦੋ ਉੱਥੇ ਸਭ ਕੁਝ ਠੀਕ ਹੋ ਜਾਏਗਾ ਇਹ ਠੀਕ ਹੈ ਥਾਮਾ ਬਦਲਣਾ ਤੁਹਾਡੀ ਕਿਸਮਤ ਬਦਲ ਜਾਏਗੀ ਕੋਈ ਸੋਤਾਨ ਗੁਰੂ ਮਹਾਰਾਜ ਕਹਿੰਦਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਜਿਸ ਨੇ ਵੀ ਪ੍ਰਮਾਤਮਾ ਦਾ ਸਿਮਰਨ ਕੀਤਾ ਉਸ ਨੂੰ ਸੁਖ ਦੀ ਪ੍ਰਾਪਤੀ ਹੋਈ ਫਿਰ ਕੀ ਹੋਇਆ ਸਹਿਜ ਹੀ ਇਹ ਨਹੀਂ ਕਿ ਉਹਨੂੰ ਕੋਈ ਤਪੱਸਿਆ ਕਰਨੀ ਪਈ ਜਾਂ ਕੋਈ ਪੁੱਠੇ ਲਟਕਣਾ ਪਿਆ ਜਾ ਕੇ ਭੁੱਖੇ ਪਿਆਸੇ ਰਹਿਣਾ ਪਿਆ ਨਹੀਂ ਸਹਿਜ ਹੀ ਸਹਿਸਵਾਹੀ ਹਰ ਨਾਮ ਸਮਾਇਆ ਹਰੀ ਦੇ ਨਾਮ ਰਹੀ ਮੰਮੇ ਨੂੰ ਸਿਆਰੀ ਹੈ ਹਰੀ ਦੇ ਨਾਮ ਰਹੀਂ ਉਹ ਹਰੀ ਚ ਸਮਾ ਗਿਆ ਲੀਨ ਹੋ ਗਿਆ ਭਾਵ ਦੋਨੋਂ ਇੱਕ ਹੋ ਗਏ ਇਹ ਜੀਵਾਤਮਾ ਪਰਮਾਤਮਾ ਦੇ ਜਾ ਕੇ ਮਿਲ ਗਈ ਇਹ ਨਾਮ ਰਹੀ ਮਿਲੇਗੀ ਕਿਹ ਜੇ ਨਾਮ ਜਪੀ ਜਾਣਾ ਨਾਲੇ ਸੋਚ ਕਿ ਆਨੰਦ ਦੇ ਖੁਸ਼ੀਆਂ ਖੇੜੇ ਅਮੀਰੀ ਸਤਕਾਰ ਨਾਲੇ ਇਹ ਮਿਲੇਗਾ ਨਾਲੇ ਮਰਨ ਤੋਂ ਬਾਅਦ ਸੱਚਖੰਡ ਚਲੇ ਜਾਏਗਾ ਪਰ ਅਸੀਂ ਜਿਹੜਾ ਕਿੰਨਾ ਸਮਾਂ ਵਿਅਰਥ ਦਾ ਸੋਚ ਸਾਚ ਕੇ ਗੱਪਾ ਗੁੱਪਾ ਮਾਰ ਕੇ ਟਾਈਮ ਲੰਗਾ ਦਿੰਦੇ ਹਾਂ ਕਿੰਨਾ ਕੀਮਤੀ ਸਮਾਂ ਹੈ ਸੰਤ ਜੀ ਪਤਾ ਕੱਲ ਤੱਕ ਮਸੀਂ ਜਿਉਣਾ ਹੈ ਕਿ ਨਹੀਂ ਜਿਉਣਾ ਹਮ ਆਦਮੀ ਹਾਂ ਇਕਦਮੀ ਇਸ ਲਈ ਗੁਰੂ ਦਾ ਹਿੰਦੂ ਧਰਮ ਅਨੁਸਾਰ ਆ ਜਿਹੜਾ ਸੀ ਮਾਰਕੰਡਾ ઋષਿ ਮਾਰਕੰਡਾ ਕਹਿੰਦੇ ਨੇ 10000 ਸਾਲ ਤਪੱਸਿਆ ਕੀਤੀ ਥੋੜਾ ਨਹੀਂ ਕਹਿੰਦੇ 10000 ਸਾਲ ਤਪੱਸਿਆ ਕੀਤੀ ਮਾਰਕੰਡੇ ਦਰਿਆ ਦਾ ਉਹਦਾ ਨਾਮ ਮਾਰਕੰਡਾ ਨਹੀਂ ਸੀ ਇਹ ਤੇ ઋષਿ ਦੇ ਨਾਮ ਤੇ ਪਿਆ ਕਿਸੇ ਨੇ ਪੁੱਛਿਆ ઋષਿ ਜੀ ਕੁ ਝੌਂਪੜੀ ਬਣਾ ਲਓ ਕਿਆ ਬਣ ਨਹੀਂ ਬਣਾਈ ਕਹਦਾ ਭਈ ਕਹਲ ਮਾਰੀ ਜਣਾ ਝੌਂਪੜੀ ਬਣਾ ਕੀ ਕਰਨੀ ਕਹਿੰਦੇ ਕਹਲ ਮਾਰੀ ਜਣਾ ਝੌਂਪੜੀ ਬਣਾ ਕੀ ਕਰਨੀ 10000 ਸਾਲ ਤਪੱਸਿਆ ਕਹਿੰਦਾ ਝੌਂਪੜੀ ਨਹੀਂ ਬਣਾਈ ਕੁਝ ਤਿੰਨ ਕਿ ਐ ਪ੍ਰੈਸਰ ਤੇ ਰੱਖਿਓ ਇਸਨ ਬਸ ਆਹ ਜੀ ਆਹੀ ਮੇਰੀ ਝੌਂਪੜੀ ਹੈ ਇਹ ਇਹ ਸੋਏ ਹੈ ਉਹਨਾਂ ਨੂੰ ਕੋਈ ਕੋ ਲਗਣ ਉਹਨਾਂ ਦੀ ਹੁੰਦੀ ਹੈ ਬਸ ਉਹਨਾਂ ਨੂੰ ਝੌਂਪੜੀ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਦਾ ਸਾਰਾ ਧਿਆਨ ਪਰਮਾਤਮਾ ਵੱਲ ਹੁੰਦਾ ਹੈ ਨਾ ਗਰਮੀ ਲੱਗੇ ਨਾ ਸਰਦੀ ਲੱਗੇ ਨਾ ਭੁੱਖ ਲੱਗੇ ਨਾ ਪਿਆਸ ਲੱਗੇ ਕੁਝ ਵੀ ਨਹੀਂ ਲੱਗਦਾ ਉਹਨਾਂ ਨੂੰ ਆਪਣਾ ਤਾਂ ਧਿਆਨ ਦੁੱਖ ਵੱਲ ਨੂੰ ਚਲਾਇ ਜਾਂਦਾ ਹੈ ਇਸ ਲਈ ਦੁੱਖ ਜ਼ਿਆਦਾ ਮਹਿਸੂਸ ਹੁੰਦਾ ਹੈ ਦੁੱਖ ਤੇ ਜ਼ਿੰਦਗੀ 'ਚ ਹਰ ਇੱਕ ਦੇ ਆਉਣਗੇ ਇਹਨਾਂ ਸੋਚ ਦੁੱਖ ਨਹੀਂ ਤੁਹਾਡੇ ਹੁਣ ਚਾਹ ਜਿੰਨਾ ਮਰਜ਼ੀ ਪਾਠ ਕਰ ਲਓ ਜਿੰਨਾ ਮਰਜ਼ੀ ਸਿਮਰਨ ਕਰ ਲਓ ਜਿਹੜੇ ਪਰਮਾਤਮਾ ਨੇ ਦੁੱਖ ਲਿਖ ਦੇਣਾ ਉਹ ਤੇ ਆਉਣੇ ਹੀ ਹੋਣੇ ਨੇ ਕੁਤੇ ਹੋਣੇ ਹੋਣੇ ਪਰ ਜਦੋਂ ਤੁਹਾਡੀ ਭਜਨ ਬੰਦੀ ਦੀ ਅਵਸਥਾ ਬਹੁਤ ਉੱਚੀ ਚਲੇ ਜਾਏਗੀ ਫਿਰ ਕੀ ਹੋਗਾ ਦੁੱਖ ਦੁੱਖ ਨਹੀਂ ਲੱਗਦਾ ਦੁੱਖ ਆਊਗਾ ਪੰਚਮ ਪਾਸ਼ੇ ਜਿੰਦੀ ਕਿੱਡਾ ਵੱਡਾ ਦੁੱਖ ਹੈ ਤੱਤੀਆਂ ਤਵੀਆਂ ਤੇ ਬੈਨਾ ਕੋਈ ਖਲਾਜੀ ਦਾ ਬਾੜਾ ਪਰ ਉਹਨਾਂ ਨੂੰ ਦੁੱਖ ਮਹਿਸੂਸ ਹੀ ਨਹੀਂ ਹੋਇਆ ਜੇ ਮਹਿਸੂਸ ਹੁੰਦਾ ਸੀ 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 ਕਰਦੇ ਹੋ ਮਾਫੀ ਮੰਗ ਲੈਂਦੇ ਸ਼ਾਇਦ ਆਫੀ ਮੰਗ ਲੈਂਦੇ ਜਿੰਨੇ ਲੋਕਾਂ ਬੰਦ-ਬੰਦ ਕਰਵਾਏ ਆਰੇ ਨਾਲ ਚੀਰੇ ਗਏ ਉਹਨਾਂ ਕੋਈ ਦੁੱਖ ਮੰਨੇ ਦੁੱਖ ਤੇ ਐਡਾ ਵੱਡਾ ਆਇਆ ਉਹ ਦੁੱਖ ਨਹੀਂ ਮੰਨਦੇ ਕਿ ਉਸ ਅਵਸਥਾ ਤੇ ਪਹੁੰਚ ਗਏ ਨਾਮ ਜਪ ਜਪ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਉੱਥੇ ਜਾ ਕੇ ਗੱਲ ਪੜਦੀ ਹੈ ਇਹ ਨਾਮ ਜਪ ਜਪ ਕੇ ਅਵਸਥਾ ਹੋਣੀ ਹੈ ਕਹਿਣ ਨਾਲ ਨਹੀਂ ਹੋਣੀ ਕਿ ਕਿਤੇ ਮੈਂ ਕਹਾ ਹਾਂ ਮੈਨੂੰ ਗਿਆਨ ਹੋ ਗਿਆ ਜੀ ਤੇ ਮੈਂ ਜਿਹੜਾ ਹੈ ਪੈਰ ਧਰ ਲਾ ਤ ਤਵੇ ਤੇ ਤੇ ਫਿਰ ਬੱਚਾਂ ਕੀ ਹੋਰ ਕੀ ਕਰਾਂਗੇ ਕਿਉਂਕਿ ਮੇਰੇ ਦਦੇ ਦੁੱਖ ਨੂੰ ਸਹਿਣ ਦੀ ਸ਼ਕਤੀ ਹੋਈ ਨਹੀਂ ਹੈਗੀ ਅਜੇ ਸਿਮਰਨ ਦੀ ਅਵਸਥਾ ਹੀ ਨਹੀਂ ਆਈ ਕਿ ਜਿੱਥੇ ਬੰਦਾ ਐਡੇ ਵੱਡੇ ਦੁੱਖ ਨੂੰ ਸਹਿਣ ਕਰ ਲਿਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿਨ ਦੂਜਾ ਅਬਰ ਨ ਕੋਇ ਤੂੰ ਕਰ ਕਰ ਵੇਖੈ ਤੂੰ ਆਗੈ ਨ ਤੂੰ ਕਰ ਕਰ ਵੇਖੈ ਜਾਣਾ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਤੂੰ ਆਪੇ ਕਰਤਾ ਹੈ ਪਰਮਾਤਮਾ ਤੂੰ ਆਪ ਕਰਤਾ ਹੈ ਕਰਤਾ ਆਂਦਾ ਬਣਾਉਣ ਵਾਲਾ ਰਚਨਹਾਰ ਤੂੰ ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ ਹੈ ਤੇਰਾ ਕੀਆ ਸਭ ਹੋਏ ਤੇਰਾ ਕੀਤਾ ਹੀ ਹੋਣਾ ਜੋ ਤੂੰ ਬਣਾਏਗਾ ਉਹੀ ਬਣਨਾ ਹੈ ਕਿਉਂਕਿ ਤੂੰ ਕਰਤਾ ਹੈ ਜਿਹੋ ਜਾਂ ਕਿਸੇ ਨੂੰ ਬਣਾਤਾ ਉਹੇ ਜਿਹਾ ਹੋ ਜਾਂਦਾ ਹੈ ਤੁੱਦ ਬਿਰ ਦੂਜਾ ਅਵਰ ਨਾ ਕੋਇ ਇਹ ਪ੍ਰਮਾਤ ਤੇਰੇ ਤੋਂ ਬਿਨਾ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਏਸ ਲਈ ਉਹਦੇ ਅੱਗੇ ਗੁਰਬਾਣੀ ਇਕ ਲੱਗਿਆ ਹੋਇਆ ਇਕ ਓੰਕਾਰ ਬਸ ਇਹ ਕੀ ਹੈ ਉਹਦੇ ਵਰਗਾ ਦੂਜਾ ਨਹੀਂ ਹੈ ਉਹਦੇ ਵਰਗਾ ਦੂਜਾ ਨਹੀਂ ਇਸ ਲਈ ਉਹਦੇ ਅੱਗੇ ਇਕ ਲਾਤਾ ਹੈ ਬਸ ਓਹੀ ਹੈ ਜੇ ਉਹਦੇ ਵਰਗਾ ਦੂਜਾ ਤਾਂ ਸ਼ਾਇਦ 2 ਲੱਗ ਜਾਂਦੇ ਫਿਰ ਹਾਂ ਵਰਗਾ ਦੂਜਾ ਹੈ ਹੀ ਕੋਈ ਨਹੀਂ ਉਹ ਇੱਕੋ ਇੱਕੀ ਤੁਦ ਬਿਨ ਦੂਜਾ ਵਰਨਾ ਕੋਈ ਤੇਰੇ ਤੋਂ ਬਿਨਾ ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਤੂੰ ਕਰ ਕਰ ਵੇਖੈ ਜਾਣੈ ਸੋਏ ਕਰ ਕਰ ਹੁੰਦਾ ਬਣਾ ਬਣਾ ਕੇ ਤੂੰ ਜੀਵਾਂ ਨੂੰ ਬਣਾ ਬਣਾ ਕੇ ਫਿਰ ਉਹਨੂੰ ਵੇਖਦਾ ਹੈ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ ਜਾਣੈ ਸੋਏ ਤੇ ਤੂੰ ਉਸ ਹਰ ਇੱਕ ਨੂੰ ਜਿਹਨੂੰ ਬਣਾਇਆ ਉਹਨੂੰ ਜਾਣਦਾ ਵੀ ਹੈ ਕਿਉਂ ਬਣਾਇਆ ਹੈ ਉਹਨੇ ਸਾਨੂੰ ਬਣਾਇਆ ਇਸ ਲਈ ਉਹ ਸਾਨੂੰ ਜਾਣਦਾ ਵੀ ਹੈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਉਹ ਪਰਮਾਤਮਾ ਜੋ ਕਰਤਾ ਹੈ ਜੋ ਸਭ ਨੂੰ ਬਣਾਉਣ ਵਾਲਾ ਹੈ ਜਿਹੜਾ ਸਾਰਿਆਂ ਨੂੰ ਜਾਣਦਾ ਹੈ ਉਹ ਗੁਰਮੁਖ ਉਹ ਗੁਰੂ ਦੇ ਰਾਹੀ ਫਿਰ ਪ੍ਰਗਟ ਹੋ ਜਾਂਦਾ ਮਨ ਦੇ ਅੰਦਰ ਅਸੀ ਗੁਪਤ ਚੀਜ਼ ਤੋਂ ਕੋਈ ਫਾਇਦਾ ਨਹੀਂ ਉਠਾ ਸਕਦੇ ਭਾਵੇਂ ਸਾਨੂੰ ਪਤਾ ਹੋਵੇ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਪਰਮਾਤਮਾ ਸਾਡੇ ਅੰਦਰ ਹੈ ਪਰ ਇਸ ਤੋਂ ਕੋਈ ਫਾਇਦਾ ਨਹੀਂ ਉਠਾ ਸਕਦੇ ਜਿਵੇਂ ਜਦੋਂ ਉਹਦੀ ਧਰਤੀ ਬਣੀ ਹੈ ਉਹਦੋਂ ਦਾ ਧਰਤੀ ਵਿੱਚ ਪਾਣੀ ਹੈ ਪਾਣੀ ਹੈ ਨਾ ਪਰ ਲੱਖਾਂ ਸਾਲਾਂ ਤੱਕ ਮਨੁੱਖ ਨੂੰ ਪਤਾ ਹੀ ਨਹੀਂ ਲੱਗਾ ਕਿ ਧਰਤੀ 'ਚ ਪਾਣੀ ਹੈ ਪਤਾ ਹੀ ਲੱਗਾ ਬੇਚਾਰਾ دریاਵਾਂ ਦੇ ਕੰਢੇ ਤੇ ਵੱਸਦਾ ਸੀ ਉਹਨਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਸੀ ਕਈ ਥਾਵਾਂ ਤੇ ਪਾਣੀ ਨੇੜੇ ਹੁੰਦਾ ਜਦੋਂ ਸਾਡੀ ਸਿਸਟਰ ਨੇ ਅੱਜ ਤੋਂ 40 ਸਾਲ ਪਹਿਲਾਂ ਜੀਜਾ ਨੇ ਯੂਪੀ ਚ ਜਾ ਕੇ ਵੱਸ ਗਏ ਉਹਨਾਂ ਘਰ ਚ ਟੋਇਆ ਪੁੱਟਿਆ ਹੋਇਆ ਸੀ ਹੱਥ ਨਾਲ ਹੀ ਬਾਲਟੀ ਭਰ ਲੈ ਕੇਦੇ ਪਾਣੀ ਜੀ ਇਹਨਾਂ ਉੱਪਰ ਸੀ ਪਾਣੀ ਰੱਸੀ ਵੀ ਲਈ ਇਸ ਬਾਲਟੀ ਨੂੰ ਪਾਈ ਹੋਈ ਮੈਂ ਉੱਡਨੇ ਬਾਲਟੀ ਭਰ ਲੈਣੀ ਭਾਵੇਂ ਹੁਣ ਉਹ ਪਾਣੀ 40 ਫੁੱਟ ਡੂੰਘਾ ਚਲਿਆ ਗਿਆ ਹੈ ਇਸ ਤਰ੍ਹਾਂ ਕਿਤੇ ਨੇੜੇ ਸੀ ਧਰਤੀ ਦੇ ਪਾਣੀ ਕਿਸੇ ਨੇ ਟੋਇਆ ਪੁਟਿਆ ਹੁਣੇ ਇੱਥੋਂ ਪਾਣੀ ਨਿਕਲਿਆ ਉਹ ਗਿਆਨ ਹੋ ਗਿਆ ਅੱਛਾ ਇੱਥੇ ਠੱਪਾਣੀ ਹੈ ਤੇ ਫਿਰ ਖੂਹ ਸ਼ੁਰੂ ਹੋਗੇ ਲੱਖਾਂ ਸਾਲਾਂ ਤੱਕ ਪਾਣੀ ਹੈ ਪਰ ਬਨੁਖ ਉਸ ਦਾ ਫਾਇਦਾ ਨਹੀਂ ਉਠਾ ਸਕਿਆ ਜਿੰਨਾ ਚਿਰ ਉਹ ਪ੍ਰਗਟ ਨਹੀਂ ਕਰ ਲਿਆ ਜਦੋਂ ਪ੍ਰਗਟ ਕਰ ਲਿਆ ਦੇਖੋ ਫਿਰ ਕੂ ਲੱਗ ਗਏ ਉਹਦੇ ਬਾਅਦ ਨਲਕੇ ਲੱਗ ਗਏ ਉਹਦੇ ਬਾਅਦ ਟਿਊਬਲ ਲੱਗ ਗਏ ਕਿ ਕੁਝ ਲੱਗ ਗਏ ਪ੍ਰਮਾਤਮਾ ਸਾਡੇ ਅੰਦਰ ਹੈ ਜਿੰਨਾ ਚਿਰ ਅਸੀਂ ਇਹਨੂੰ ਪ੍ਰਗਟ ਨਹੀਂ ਕਰ ਲੈਂਦੇ ਉਸ ਤੋਂ ਅਸੀਂ ਕੋਈ ਫਾਇਦਾ ਨਹੀਂ ਉਠਾ ਸਕਦੇ ਜਿੱਦ ਦੇ ਪ੍ਰਗਟ ਕਰ ਲੋਗੇ ਫਿਰ ਜੋ ਮਰਜ਼ੀ ਕਰਾ ਲਓ ਉਸ ਤੋਂ ਤਰਲੋਚ ਦੀ ਧੰਨਾਂ ਨੂੰ ਮਿਲਣ ਆ ਗਏ ਕਿਹਦੇ ਧੰਨਿਆਂ ਅ ਤੇਰੇ ਜਿਹੜੇ ਬਲਦ ਨੇ ਖੂ ਆਪੇ ਹੀ ਲਈ ਤੂੰ ਤਾਂ ਇੱਥੇ ਬੈਠਾ ਹੈ ਇਹ ਆਪੇ ਚੱਲੀ ਜਾਂਦੇ ਨੇ ਹੈ ਤੂੰ ਮੈਂ ਕਿਹਾ ਕਿੰਨੀ ਦੇਰ ਤੇਰੇ ਕੋਲ ਬੈਠਾ ਤੂੰ ਖਾਲ ਦਾ ਕੋਈ ਨੱਕਾ ਵੀ ਨਹੀਂ ਮੋੜਨ ਗਿਆ ਹੈ ਕਹਿੰਦਾ ਹੈਦਰ ਲੋਚਣ ਤੇ ਦਿਸਦਾ ਨਹੀਂ ਉਹ ਪਗਵਾਨ ਵੇਖ ਦੇ ਮੇਰੇ ਬਲਦ ਨੇ ਹਿੱਕ ਰਿਆ ਇਹ ਕਹਿੰਦਾ ਉਹ ਲੈ ਕੇ ਇਹ ਕਹੀ ਲੈ ਕੇ ਇਹ ਹੁਣ ਨੱਕਾ ਬਦਲਣ ਲੱਗਾ ਉਹਨੇ ਦੂਜੇ ਕੈਰੇਜ ਪਾਣੀ ਕਰਤਾ ਹਾਂ ਕਿਉਂ ਧੰਨੇ ਦੇ ਅੰਦਰ ਵੀ ਰੱਬ ਹੈ ਤ੍ਰਿਲੋਚਨ ਦੇ ਵੀ ਅੰਦਰ ਰੱਬ ਹੈ ਪਰ ਤ੍ਰਿਲੋਚਨ ਨੇ ਜੇ ਪ੍ਰਗਟ ਨਹੀਂ ਕੀਤਾ ਇਸ ਲਈ ਕੋਈ ਫਾਇਦਾ ਨਹੀਂ ਉਠਾ ਸਕਿਆ ਧੰਨੇ ਨੇ ਪ੍ਰਗਟ ਕਰ ਲਿਆ ਤੇ ਉਸ ਤੋਂ ਕੰਮ ਕਰਾਉਂਦਾ ਜਿਵੇਂ ਮਜ਼ਦੂਰਾਂ ਤੋਂ ਕੰਮ ਕਰਾਉਂਦੇ ਹਾਂ ਹੁਣ ਪਰਮਾਤਮਾ ਭਗਤਾਂ ਦੇ ਵਾਸਚ ਹੈ ਉਹ ਕਹੇ ਜਿਵੇਂ ਭਗਤ ਕੋ ਉਹ ਮੈਂ ਤੋਂਵੇਂ ਕਰੂੰ ਇਹ ਨਾ ਪਰਮਾਤਮਾ ਭਗਤਾਂ ਦੇ ਵਾਸਚ ਜਿਵੇਂ ਭਗਤ ਚਾਹਣ ਓਵੇਂ ਉਸ ਤੋਂ ਕੰਮ ਲੈਂਦੇ ਨੇ ਤਾਂ ਇਹ ਕਿ ਮੇਰੀ ਬੰਦੀ ਭਗਤ ਚੜਾਵੇ ਬੰਦਾ ਹੈ ਭਗਤ ਨਾਲ ਛੂਟ ਹੈ ਮੋਹ ਪਰਮਾਤਮਾ ਕਹਿੰਦਾ ਜੇ ਮੈਂ ਕਿਸੇ ਨੂੰ ਸਜ਼ਾ ਦੇ ਦੇਵਾਂ ਮੇਰਾ ਭਗਤ ਉਹ ਸਜ਼ਾ ਮੁਆਫ ਕਰ ਸਕਦਾ ਹੈ ਪਰ ਜੇ ਮੇਰਾ ਭਗਤ ਕਿਸੇ ਨੂੰ ਸਜ਼ਾ ਦੇ ਦੇਗਾ ਨਾ ਮੈਂ ਉਹਨੂੰ ਮਾਫ ਨਹੀਂ ਕਰਦਾ ਇਹ ਤਾਂ ਫਿਰ ਤੁਸੀਂ ਦੇਖੋ ਕੌਣ ਵੱਡਾ ਹੈ ਫਿਰ ਦੋਨਾਂ 'ਚ ਫਿਰ ਦੇਖਣੋਂ ਭਗਤ ਵੱਡਾ ਹੋ ਗਿਆ ਨਾ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਸੀ ਕਿਸੇ ਨੇ ਵੀ ਮਹਾਰਾਜ ਜੀ ਪਰਮਾਤਮਾ ਤੋਂ ਵੱਡਾ ਕੋਈ ਹੈ? ਕਹਿੰਦੇ ਹਾਂ ਹੈ। ਬੜਾ ਹੈਰਾਨ ਹੋਇਆ। ਵੀ ਪਰਮਾਤਮਾ ਤੋਂ ਵੱਡਾ ਵੀ ਕੋਈ ਹੈ? ਕਹੇ ਜੀ ਉਹ ਕੌਣ ਹੈ? ਕਹਿੰਦੇ ਉਹ ਪਰਮਾਤਮਾ ਦਾ ਨਾਮ ਹੈ। ਨਾਮ ਜਪ-ਜਪ ਕੇ ਮਨੁੱਖ ਪਰਮਾਤਮਾ ਨੂੰ ਵਸ ਵਿੱਚ ਕਰ ਲੈਂਦਾ। ਜਿਹੜਾ ਤੁਹਾਨੂੰ ਵਸ ਵਿੱਚ ਕਰ ਲੇ ਤੁਸੀਂ ਉਸ ਤੋਂ ਵੱਡੇ ਹੋਗੇ ਨਾ? ਕਹਿੰਦਾ ਹਾਂ। ਬਸ। ਕਹਿੰਦਾ ਬੰਦਾ ਨਾਮ ਜਪ-ਜਾ ਕੇ ਪਰਮਾਤਮਾ ਨੂੰ ਵਸ ਵਿੱਚ ਕਰ ਲੈਂਦਾ ਤੇ ਜੋ ਫਿਰ ਉਸ ਤੋਂ ਕਰੋਣਾ ਚਾਹੁੰਦਾ ਕਰਾ ਲੈਂਦਾ। ਇਸ ਲਈ ਪਰਮਾਤਮਾ ਤੋਂ ਵੀ ਪਰਮਾਤਮਾ ਦਾ ਨਾਮ ਵੱਡਾ ਹੈ ਨਾਮ ਤੇ ਇਨੀ ਸ਼ਕਤੀ ਹੈ ਉਹ ਛੋਟੇ ਮੋਟੇ ਨੂੰ ਵਸਤ ਵਿੱਚ ਕਰਨਾ ਕੀ ਔਖਾ ਹੈ ਉਹ ਸੰਸਾਰ ਦੀ ਇੱਕ ਵਾਹਿਦ ਸ਼ਕਤੀ ਜਿਹਦੇ ਕਦੇ ਹੁਕਮ ਤੋਂ ਬਣੇ ਕੋ ਪਤਾ ਨਹੀਂ ਹਿਲਦਾ ਬੰਦਾ ਉਸ ਨੂੰ ਵਸਤ ਵਿੱਚ ਕਰ ਲੈਂਦਾ ਇਸ ਨਾਮ ਰਹੀਂ ਨਾਮ ਹੀ ਜਪੜੇ ਬਸ ਵਾਹਿਗੁਰੂ 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 ਕਰਦੇ ਰਹਿਣ ਕਿਆ ਸ਼ਕਤੀਆਂ ਨੇ ਨਾਮ ਚ ਵੜਣੀ ਕਿਤੇ ਅਨਪੜੇ ਮਨ ਖੁਸ਼ਿੰਦਨ ਸੁਣ ਕੇ ਪੜ ਕੇ ਵੀ ਕਿਆ ਸ਼ਕਤੀਆਂ ਯਾਰ ਇਸ ਨਾਮ ਚ ਅਸੀਂ ਬਦਕਿਸਮਤ ਨਾਮ ਹੀ ਨਹੀਂ ਜਪਦੇ ਭੁੱਲ ਭੁਲਾ ਜਾਂਦੇ ਬਸ ਇਹ ਘੰਟੀ ਨੂੰ ਸਭ ਕੋ ਭੁੱਲ ਭੁਲਾ ਜਾਂਦਾ ਕੱਲ ਨੂੰ ਫਿਰ ਮੁੱਢੋ ਸੁੱਢੋ ਇਹੀ ਕੁਝ ਕਹਿਣਾ ਹੈ ਕਿ ਮਨ ਇਹ ਆਪਣੀ ਆਦਤਾਂ ਹੌਲੀ ਹੌਲੀ ਬਦਲੂਗਾ ਨਵੀਂ ਆਦਤ ਪਾਉਣਾ ਔਖਾ ਨਹੀਂ ਪ੍ਰਾਣੀ ਨੂੰ ਬਦਲਣਾ ਬਹੁਤ ਔਖਾ ਹੈ ਜਿਨ੍ਹਾਂ ਲੋਕਾਂ ਨੇ ਬਿਨਾਂ ਸੰਥਿਆ ਲੈਣ ਤੋਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਤਾ ਮੇਰੇ ਜ਼ੋਰ ਲਾਣ ਦੇ ਬਾਵਜੂਦ ਵੀ ਉਹਨਾਂ ਦਾ ਪਾਠ ਸ਼ੁੱਧ ਨਹੀਂ ਹੋਏਗਾ ਕਿਉਂ ਉਹ ਇੱਕ ਰਟਨ ਹੋ ਗਿਆ ਉਹਨਾਂ ਦਾ ਉਸ ਤੋਂ ਬੋਲਣ ਦਾ ਆਦਤ ਪੈ ਗਈ ਉਹਨਾਂ ਨੂੰ ਇੱਕ ਆਦਤ ਪੈ ਗਈ ਉਸ ਨੂੰ ਬਦਲਣਾ ਬੜਾ ਔਖਾ ਹੁੰਦਾ ਹੈ ਨਵੀਂ ਪਾਉਣੀ ਆਸਾਨ ਹੈ ਨਵੀਂ ਆਦਤ ਪਾਉਣੀ ਆਸਾਨ ਹੈ ਬੱਚੇ ਨੂੰ ਪੜ੍ਹਾਉਣਾ ਆਸਾਨ ਹੈ ਬੁੱਢੇ ਨੂੰ ਪੜ੍ਹਾਉਣਾ ਬਹੁਤ ਔਖਾ ਹੈ ਪਹਿਲਾਂ ਤਾਂ ਬੁੱਢਾ ਪੜ੍ਹਦਾ ਹੀ ਨਹੀਂ ਆ ਇਹ ਵੀ ਨੁਕਲ ਦੇਗਾ ਕੱਲ ਦਾ ਜੁਆ ਕਰ ਜੇ ਤੁਹਾਡਾ ਬੱਚਾ ਤੁਹਾਨੂੰ ਅਕਲ ਦੀ ਗੱਲ ਕਰ ਚਲੋ ਚਲ ਕੱਲ ਦਾ ਜੰਮਿਆ ਮੈਨੂੰ ਸਮਝਾਉਂਦਾ ਹੋ ਸੇ ਤੁਹਾਡੇ ਤੋਂ ਵੱਧ ਗਿਆਨ ਮਨ ਹੋਵੇ ਹੋ ਜੇ ਤੁਸੀਂ ਪਿਛਲੇ ਜਣ 10 ਜਮਾਤਾ ਪੜੇ ਹੋ ਜਿਹੜਾ ਤੁਹਾਡਾ ਬੱਚਾ ਉਹ ਹੋ ਸੇ ਪਿਛਲੇ ਸਾ ਪੀ ਐਚ ਡੀ ਹੋਵੇ ਤੁਸੀਂ ਉਹ ਤੁਹਾਨੂੰ ਗਿਆਨ ਦੇ ਸਕਦਾ ਉਹ ਤੁਹਾਨੂੰ ਗਿਆਨ ਦੇ ਸਕਦਾ ਹੈ ਐਸੀ ਗੱਲ ਨਹੀਂ ਵੀ ਉਹ ਨਹੀਂ ਤੁਹਾਨੂੰ ਗਿਆਨ ਦੇ ਸਕਦਾ ਉਹ ਤੁਹਾਨੂੰ ਗਿਆਨ ਦੇ ਸਕਦਾ ਹੈ ਪਰ ਅਸੀਂ ਹੂੰ ਚਲੋ ਚਲ ਕਰਦਾ ਕੀ ਹੈ ਕੱਲ ਦੇ ਜਾ ਆ ਕੇ ਲੱਗਿਆ ਬੋਲਣ ਅਸੀਂ ਉਹਦੀ ਗੱਲ ਹੀ ਨਹੀਂ ਸੁਣਦੇ ਨਹੀਂ ਉਹ ਤੁਹਾਨੂੰ ਗਿਆਨ ਦੇ ਇੱਕ ਬੱਚੇ ਨਾਲ ਗੱਲਾਂ ਕਰਿਆ ਕਰੋ ਬੱਚੇ ਪਾਤ ਪਾੰਦ ਦਾ ਤੁਹਾਨੂੰ ਗਿਆਨ ਦੇ ਸਕੂਲ ਦੀਆਂ ਗੱਲਾਂ ਸੁਣਾਣਗੇ ਮੈਡਮਾਂ ਦੀਆਂ ਸੁਣਾਣਗੇ ਸਰਦੀਆਂ ਸੁਣਾਣਗੇ ਹੋਰ ਕਈ ਕੋਈ ਸੁਣਾਣਗੇ ਹਨ ਕਿਹੜਾ ਕੁਸਨ ਹੋਣਗੇ ਤੁਹਾਨੂੰ ਰੱਦ ਨਾ ਕਰਦੇ ਕਰੋ ਉਹਨਾਂ ਕੋਲ 20 25 ਮਿੰਟ ਦਾ ਘੰਟਾ ਬੈਠ ਕੇ ਗੱਲਾਂ ਬਾਤਾਂ ਕਰਿਆ ਕਰੋ ਤਾਂ ਜੋ ਬੱਚੇ ਨੂੰ ਆਪਣਾਤ ਹੋ ਜਾਏ ਤੁਹਾਡੇ ਨਾਲ ਹਾਂ ਆਪਸੇ ਆਪ ਗੱਲਾਂ ਬਾਤਾਂ ਕਰਾਂਗੇ ਤਾਂ ਹੀ ਪਿਆਰ ਵਧੇਗਾ ਨਾ ਇਸ ਲਈ ਗਿਆਨ ਹੁੰਦਾ ਇੱਕੋ ਜਰੂਰੀ ਨਹੀਂ ਕਿ ਬੁੱਢਿਆਂ ਕੋਲੇ ਗਿਆਨ ਹੁੰਦਾ ਹੈ ਇੱਕ ਨੌਜਵਾਨ ਦੇ ਕੋਲ ਵੀ ਬੁੱਢਿਆਂ ਤੋਂ ਵੱਧ ਗਿਆਨ ਹੋ ਸਕਦਾ ਹੁੰਦਾ ਹੈ ਇਸ ਲਈ ਗੁਰੂ ਮਹਾਰਾਜ ਕਹਿੰਦੇ ਤੂੰ ਕਰ ਕਰ ਵੇਖੈ ਜਾਣੈ ਸੋਇ ਤੂੰ ਆਪ ਹੀ ਪੈਦਾ ਕਰਦਾ ਹੈ ਆਪ ਹੀ ਉਹਨਾਂ ਨੂੰ ਵੇਖਦਾ ਹੈ ਆਪ ਹੀ ਉਹਨਾਂ ਨੂੰ ਜਾਣਦਾ ਹੈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਤੇ ਗੁਰੂ ਰਾਹੀ ਪ੍ਰਗਟ ਹੁੰਦਾ ਹੈ ਕਿਉਂਕਿ ਗੁਰੂ ਹੀ ਗੁਰਮੰਤਰ ਦੇਵੇਗਾ ਨਾ ਗੁਰੂ ਸਾਨੂੰ ਗੁਰਮੰਤਰ ਦੇਵੇਗਾ ਅਸੀਂ ਸੱਚੇ ਦਿਲੋਂ ਗੁਰਮੰਤਰ ਦਾ ਜਾਪ ਕਰਦੇ ਹੀ ਰਹਾਂਗੇ ਕਰਦੇ ਰਹਾਂਗੇ ਫੇਰ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣਗੇ ਉਹ ਪਰਮਾਤਮਾ ਸਾਡੇ ਅੰਦਰ ਪ੍ਰਗਟ ਕਰ ਦੇਣਗੇ ਸੋ ਗੁਰੂ ਰਾਹੀ ਪਰਮਾਤਮਾ ਪ੍ਰਗਟ ਹੁੰਦਾ ਹੈ ਤੈ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਤਿਤ ਸਰ ਵਰੜੈ ਸਰ ਵਰੜੈ ਤਿਤ ਸਰ ਵਰੜੈ ਪਹਿਲੇ ਨਵਾਸਾ ਪਾਣੀ ਪਾਪਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਜਲੇ ਹਮ ਦੇਖਾਂ ਨਹੀਂ ਦੇਖਾਂ ਇੱਕ ਵਚਨ ਹੈ ਹਮ ਬਹੁ ਵਚਨ ਹੈ ਖਿਆਲ ਰੱਖਣਾ ਹਮ ਜਿਵੇਂ ਦਾ ਦੇਖੈਂ ਤਦੇ ਲ ਖ ਖ ਹ ਆਏ ਨੂੰ ਸਿਆਰੀ ਹੁੰਦਾ ਪੇਟੀ ਸੀ ਹਮ ਦੇਖੈਂ ਅਸੀਂ ਵੇਖਦੇ ਹਾਂ ਇਹ ਹਮ ਹੈ ਇਸ ਦੇਖਾ ਤੋਂ ਇੱਕ ਵਚਨ ਹੈ ਹਮ ਬਹੁ ਵਚਨ ਹੈ ਉਹਦੇ ਨੇ ਇੱਕ ਵਚਨ ਕਿਰਿਆ ਨਹੀਂ ਆ ਸਕਦੀ ਦੇਖਾ ਠੀਕ ਹੈ ਦੇਖਿਆ ਅਸੀਂ ਵੇਖਿਆ ਇਸ ਨੂੰ ਦੇਖਾ ਪੜਨਾ ਹੈ ਦੇਖਾ ਨਹੀਂ ਪੜਨਾ ਹੈ ਖਿਆਰ ਰੱਖਣਾ ਪੜਨ ਮਿਹਲੇ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਹਲੇ ਕਹਿੰਦੇ ਤਿਤ ਸਰ ਵਰੜੈ ਪਹਿਲੇ ਨਿਵਾਸਾ ਸਰ ਵਰੜੈ ਸਰੋਵਰਤ ਬਣਿਆ ਸਾਡਾ ਨਿਵਾਸ ਉਸ ਸਰੋਵਰ ਵਿੱਚ ਹੈ ਪਾਣੀ ਪਾਪ ਗਤ ਨੇ ਕਿਹਾ ਜਿੱਥੇ ਪ੍ਰਮਾਤਮਾ ਨੇ ਪਾਣੀ ਨੂੰ ਅੱਗ ਬਣਾ ਕੇ ਦਿੱਤਾ ਸਰੋਵਰ ਜਿਹਦੇ ਪਾਣੀ ਹੁੰਦੇ ਨਾ ਕਹਿੰਦਾ ਸਾਡਾ ਨਿਵਾਸ ਉਸ ਸਰੋਵਰ ਵਿੱਚ ਹੈ ਜਿੱਥੇ ਪ੍ਰਮਾਤਮਾ ਨੇ ਪਾਣੀ ਨੂੰ ਅੱਗ ਬਣਾ ਦਿੱਤਾ ਹੈ ਪਾਪ ਜਿੱਥੇ ਤ੍ਰਿਸ਼ਨਾਵਾਂ ਰੂਪੀ ਅੱਗ ਹੈ ਜਿੱਥੇ ਤ੍ਰਿਸ਼ਨਾਵਾਂ ਹੀ ਤ੍ਰਿਸ਼ਨਾਵਾਂ ਹਨ ਇੱਥੇ ਸਰਵਡਾ ਇਹ ਤੋਂ ਪਾਉਣਾ ਸੰਸਾਰ ਤੋਂ ਹੈ ਸ਼ਬਦੀ ਅਰਥ ਹੈ ਸਰੋਵਰ ਸਾਡਾ ਉਸ ਸੰਸਾਰ ਦੇ ਵਿੱਚ ਨਿਵਾਸ ਹੈ ਜਿਸ ਸੰਸਾਰ 'ਚ ਪ੍ਰਮਾਤਮਾ ਨੇ ਪਾਣੀ ਨੂੰ ਅੱਗ ਬਣਾ ਦਿੱਤਾ ਹੈ। ਪਾਪ ਤ੍ਰਿਸ਼ਨਾਵਾਂ ਹੀ ਤ੍ਰਿਸ਼ਨਾਵਾਂ ਦੀ ਅੱਗ ਪੈਦਾ ਕਰ ਦਿੰਦੀ ਹੈ। ਪੰਕਜ ਮੋਹ, ਪੰਕਜ ਕਿਹਦਾ ਚਿਕੜ। ਫਿਰ ਇਸ ਸਰਵੜਾ ਦੇ ਵਿੱਚ ਕੀ ਹੈ? ਮੋਹ ਦਾ ਚਿਕੜ ਹੈ। ਚਿਕੜ ਜਿਦਾਂ ਆਪਾਂ ਤੁਰਦੇ ਆ ਪੈਰ ਖਿਸਕਦਾ ਪਿੱਛੇ ਨੂੰ। ਬੰਦਾ ਤਿਲਕਦਾ ਪਿੱਛੇ ਨੂੰ ਜਾਂਦਾ। ਪੰਕਜ ਮੋਹ ਪਗਣੀ ਚੱਲੇ ਕਹਿੰਦੇ ਉਥੇ ਮੋਹ ਦਾ ਚਿੱਕੜ ਹੈ ਪੈਰ ਪਰਮਾਤਮਾ ਵੱਲ ਨੂੰ ਜਾਂਦਾ ਹੀ ਨਹੀਂ ਹੈ ਜਿੰਨਾ ਸਾਡਾ ਮੋਹ ਸੰਸਾਰਿਕ ਚੀਜ਼ਾਂ ਚ ਹੋਏਗਾ ਰੱਬ ਵੱਲ ਨੂੰ ਸਾਡਾ ਧਿਆਨ ਹੀ ਨਹੀਂ ਜਾਏਗਾ ਰੱਬ ਵੱਲ ਨੂੰ ਸਾਡਾ ਮਨ ਹੀ ਨਹੀਂ ਜਾਏਗਾ ਕਿਉਂਕਿ ਅਸੀਂ ਮੋਹ ਚ ਫਸੇ ਹੋਏ ਉਧਰ ਹੀ ਲੱਗੇ ਰਹਿੰਦੇ ਹਾਂ ਇਸ ਕਰਕੇ ਮੋਹ ਦਾ ਚਿੱਕੜ ਹੈ ਪੈਰ ਪਰਮਾਤਮਾ ਵੱਲ ਨੂੰ ਚੱਲ ਨਹੀਂ ਰਹੇ ਅਮ ਦੇਖਾ ਤਹੰਡੂਬੀਏਲੇ ਅਸੀਂ ਕਈਆਂ ਨੂੰ ਉਸ ਸਰੋਵਰ ਦੇ ਵਿੱਚ ਉਸ ਚਿੱਕੜ ਦੇ ਵਿੱਚ ਉਸ ਤ੍ਰਿਸ਼ਨਾਵਾ ਦੀ ਅੱਗ ਦੇ ਵਿੱਚ ਡੁੱਬਦਿਆਂ ਹੋਇਆ ਦੇਖਿਆ ਹੈ ਭਾਵ ਇਥੇ ਹੀ ਰਹਿ ਰੂਗੇ ਡੁੱਬ ਡੁੱਬ ਕੇ ਤਾਰੀ ਨਹੀਂ ਸਕੇ ਇਸ ਭਾਵ ਸਾਗਰ ਨੂੰ ਤਾਰੀ ਨਹੀਂ ਸਕੇ ਹੈ ਮੰਨ ਏਕ ਨਾ ਚੇਤ ਸਮੂੜਮਨ ਹਰ ਬਿਸਰਤ ਤੇਰੇ ਗੁਣ ਗਲਿਆ हे मन चेत सदा याद करना मन एक न चेत स्मूढ मना हे मूर्खा हे मूर्ख मन तू एक परमात्मा नु याद क्यों नहीं करदा हर विसर तेरे गुण गलया रब नु भुला के तेरे सारे गुण खत्म हो गए ज्यों ज्यों assi ਵਾਹਿਗੁਰੂ ਵਾਹਿਗੁਰੂ ਕਰਦੇ ਆਂ ਰੱਬ ਵਾਲੇ ਗੁਣ ਸਾਡੇ ਚ ਆਟੋ ਮੈਡੀਕਲੀ ਪੈਦਾ ਹੋ ਜਾਂਦੇ ਨੇ ਜ्यों ज्यों assi ਭੁਲਾਉਨੇ ਆਂ ਸਾਰੇ ਜਿਹੜੇ ਪਹਿਲਾਂ ਹੀ ਗੁਣ ਸਾਨੂੰ ਹੌਲੀ ਹੌਲੀ ਖਤਮ ਹੁੰਦੇ ਜਾਂਦੇ ਨੇ ਪਰਮਾਤਮਾ ਦਾ ਨਾਮ ਸਾਨੂੰ ਗੁਣਵਾਨ ਬਣਾਉਂਦਾ ਹੈ ਪਰਮਾਤਮਾ ਦੇ ਨਾਮ ਜਦੋਂ ਪਰਮਾਤਮਾ ਦੇ ਨਾਮ ਦੇ ਅੰਦਰੋਂ ਪ੍ਰਾਪਤੀ ਹੋ ਜਾਂਦੀ ਹੈ ਇਹ ਸੰਸਾਰਿਕ ਵੱਡੇ ਵੱਡੇ ਵਿਦਵਾਨ ਵੀ ਇੱਕ ਅਨਪੜ੍ਹ ਬ੍ਰਹਮ ਗਿਆਨੀ ਦੇ ਅੱਗੇ ਹਾਰ ਜਾਂਦੇ ਹਨ ਕਿਉਂ ਉਹ ਇੰਨਾ ਗਿਆਨ ਹੈ ਪਰਮਾਤਮਾ ਦੇ ਨਾਮ ਵਿੱਚ ਇੰਨਾ ਗਿਆਨ ਹੈ ਕਿ ਸੰਸਾਰ ਦੀ ਕੋਈ ਕਿਤਾਬ ਉਹਨਾਂ ਗਿਆਨ ਨਹੀਂ ਦੇ ਸਕਦੀ ਹਾਂ ਜੀ ਇਸ ਲਈ ਗੁਰੂ ਮਹਾਰਾਜ ਕਹਿੰਦੇ ਹਰ ਬਿਸਰ ਤੇਰੇ ਗੁਣ ਗਲਿਆ ਹਰੀ ਨੂੰ ਵਿਸਾਰ ਕੇ ਤੇਰੇ ਸਾਰੇ ਗੁਣ ਖਤਮ ਹੋ ਜਾਣੇ ਹਨ ਫਿਰ ਕਹਿੰਦੇ ਗੁਰੂ ਮਹਾਰਾਜ ਕਹਿੰਦਾ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਨਾ ਮੈਂ ਜਤੀ ਹਾਂ ਨਾ ਮੈਂ ਸਤੀ ਹਾਂ ਨਾ ਮੈਂ ਪੜਿਆ ਹੋਇਆ ਹਾਂ ਮੂਰਖ ਮੁਗਦਾ ਮੈਂ ਤੇ ਮਹਾ ਮੂਰਖ ਹਾਂ ਮੇਰਾ ਜਨਮ ਜਿਹੜਾ ਹੈ ਮਹਾ ਮੂਰਖਮ ਵਾਲਾ ਹੈ ਪ੍ਰਣਾਮਤ ਨਾਨਕ ਤਿੰਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪ੍ਰਣਾਮਤ ਹੁੰਦਾ ਬੇਨਤੀ ਕਰਨਾ ਹੇ ਪ੍ਰਮਾਤਮਾ ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਮੈਨੂੰ ਉਹਨਾਂ ਦੀ ਸ਼ਰਨ ਵਿੱਚ ਰੱਖ ਜਿਹੜੇ ਤੈਨੂੰ ਕਦੇ ਨਹੀਂ ਭੁਲਾਉਂਦੇ ਜਿਨ ਤੂੰ ਨਾਹੀ ਵਿਸਰਿਆ ਜਿਨ੍ਹਾਂ ਨੂੰ ਤੂੰ ਕਦੇ ਨਹੀਂ ਭੁੱਲਦਾ ਹੇ ਪ੍ਰਮਾਤਮਾ ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਮੈਨੂੰ ਤੂੰ ਉਹਨਾਂ ਦੀ ਸ਼ਰਨ 'ਚ ਰੱਖ ਕਿਉ ਫਿਰ ਜਦ ਜਿਹੜਾ ਨਹੀਂ ਭੁੱਲਦਾ ਜਿਹੜੇ ਹਰ ਵਕਤ ਪਰਮਾਤਮਾ ਨੂੰ ਯਾਦ ਕਰਦੇ ਆ ਇਹਦਾ ਆਪਾਂ ਉਹਨਾਂ ਦੀ ਸੰਗਤ ਚ ਆਵਾਂਗੇ ਤਾਂ ਹੀ ਨਾਮ ਜਪਾਂਗੇ ਨਾ ਇਸ ਲਈ ਬੇਨਤੀ ਕੀਤੀ ਹੈ ਪਰਮਾਤਮਾ ਮੈਨੂੰ ਉਹਨਾਂ ਦੀ ਸ਼ਰਨ ਚ ਰੱਖ ਜਿਹੜੇ ਤੈਨੂੰ ਕਦੇ ਨਹੀਂ ਭੁੱਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਵੀ ਸੁਣ ਰਹੇ ਹੋ ਇਸ ਵੇਲੇ ਕਥਾ ਵਾਰਤ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 25 ਤੋਂ 27 ਤਰੀਕ ਨੂੰ ਅਖੰਡ ਪਾਠ ਤੇ ਸ਼ੁਰੂ ਹੋਣਗੇ 25 ਤਰੀਕ ਨੂੰ ਉਸੇ ਤਰ੍ਹਾਂ ਹੀ ਸਵੇਰੇ ਜਿਹਾ ਜਿਵੇਂ ਹਰ ਵਾਰੀ 8 ਵਜੇ ਸ਼ੁਰੂ ਹੁੰਦੇ ਸਨ ਉਸ ਤਰ੍ਹਾਂ ਹੀ ਹੋਣਗੇ 27 ਤਰੀਕ ਨੂੰ 7:30 ਵਜੇ ਸਵੇਰ ਭੋਗ ਪਾਣੀ ਸ਼ੁਰੂ ਹੋ ਜਣੇ ਨੇ 8 ਵਜੇ ਨੂੰ ਸਮਾਪਤੀ ਹੋ ਜਣੀ ਹੈ ਫਿਰ ਜਿਹੜੇ ਗੁਰੂ ਘਰ ਪਿਆਰੇ ਪਹੁੰਚਣਗੇ ਉਹਨਾਂ ਨੂੰ ਚਾਹ ਪਾਣੀ ਤੇ ਲੰਗਰ ਛਕਾਵਾਂਗੇ ਜਾਂ ਜੋ ਸੰਗਤ ਕਹੇਗੀ ਉਹ ਛਕਾ ਕੇ ਫਿਰ ਘਰਾਂ ਨੂੰ ਭੇਜਾਂਗੇ ਸੋ ਯਾਦ ਰੱਖਣਾ ਜੀ ਜਿਨ੍ਹਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਉਹਨਾਂ ਆਪਣੇ ਆਪਣੇ ਡਿਊਟੀ ਦਾ ਖਿਆਲ ਰੱਖਣਾ ਹੈ ਜਿਹੜੇ ਸੁਣ ਰਹੇ ਹੋ ਆਪਣੀਆਂ ਸਹੇਲੀਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਵੀ ਕਰ ਦੇਣਾ ਕਿ ਭਾਈ 25 ਤਰੀਕ ਤੋਂ ਅਖੰਡ ਪਾਠ ਸ਼ੁਰੂ ਹੋ ਰਹੇ ਹਨ